ਸੈਸ਼ਨ ਹੋਵੇ ਸਪੈਸ਼ਲ ਤੇ ਹੋਵੇ ਵੀ ਦੇਸ਼ ਦਾ ਤੇ ਏਜੰਡਾ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਵੀ ਸਾਡੇ ਦੇਸ਼ 'ਚ ਹੁੰਦਾ ਹੈ ਉਂਝ ਸਾਡੀ ਵਿਧਾਨ ਸਭਾ ਦਾ ਕੋਈ ਬਾਬਾ ਆਦਮ ਵੱਖਰਾ ਨਹੀਂ ਉਹ ਵੀ ਨਿਰਾਲਾ ਹੀ ਹੈ ਖੈਰ ਆਪਾਂ ਇਸ ਮਸਲੇ ਨੂੰ ਥੋੜ੍ਹਾ ਜਿਹਾ ਅੱਗੇ ਲੈ ਜਾਂਦੇ ਹਾਂ ਪਰ ਮੇਨ ਮੁੱਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਵੇਗਾ ਕਿ ਨਹੀਂ ਹੋਵੇਗਾ ਸਭ ਸਿਆਸੀ ਮਾਸ ਰੱਖਣ ਵਾਲਿਆਂ ਦੀ ਨਜ਼ਰ ਉੱਥੇ ਹੀ ਲੱਗੀ ਰਹੀ ਹੈਦਰਾਬਾਦ ਦੇ ਵਿੱਚ ਸਭ ਦੀ ਦਿਲਚਸਪੀ ਜ਼ਿਆਦਾ ਇਸ ਗੱਲ ਸੀ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਦੇ ਕਾਂਗਰਸੀਏ ਆਪਣੀ ਲੀਡਰਸ਼ਿਪ ਨੂੰ ਮਨਾ ਪਾਉਂਦੇ ਆ ਕਿ ਨਹੀਂ ਮਨਾ ਪਾਉਂਦੇ ਔਰ ਇਹ ਖਬਰ ਹੁਣ ਨਿਕਲ ਕੇ ਆ ਰਹੀ ਹੈ ਕਿ ਇਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਜ਼ੋਰਦਾਰ ਪੱਖ ਰੱਖਿਆ ਵਰਕਰਾਂ ਦੀ ਰਾਏ ਰੱਖੀ ਹੈ ਔਰ ਇਹਦੇ ਉੱਤੇ ਮੁੱਢਲੇ ਤੌਰ ਤੇ ਕਾਂਗਰਸ ਹਾਈ ਕਮਾਂਡ ਨੂੰ ਵੀ ਕੁਝ ਕਹਿਣਾ ਪੈ ਗਿਆ ਇਹ ਸਵਾਲ ਪੁਖਤਾ ਹੈ ਤੇ ਇਹਦੇ ਉੱਤੇ ਜਾਣਾ ਬਣਦਾ ਹੈ ਅਦਰਵਾਈਜ਼ ਅਸੀਂ ਜੇ ਇਸੇ ਸਿਆਸੀ ਰਾਹ ਦੇ ਉੱਤੇ ਜਾਖੜ ਸਾਹਿਬ ਨੂੰ ਦੇਖਦੇ ਹਾਂ ਸੁਨੀਲ ਜਾਖੜ ਨੂੰ ਜਿਹੜੇ ਕਦੇ ਘਾਗ ਕਾਂਗਰਸੀ ਮੰਨੇ ਜਾਂਦੇ ਸੀ ਅੱਜ ਕੱਲ੍ਹ ਪ੍ਰਦੇਸ਼ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਗੈਰ ਭਾਜਪਾਈਆਂ ਨੂੰ ਪੱਕੀ ਭਾਜਪਾ ਦੀ ਮੋਹਰ ਲਾਉਣ ਦਾ ਯਤਨ ਕੀਤਾ ਲੇਕਿਨ ਪੱਕੇ ਭਾਜਪਾਈਆਂ ਨੇ ਦਿਖਾਤੀਆਂ ਨੇ ਅੱਖਾਂ ਦਿੱਲੀ ਦੇ ਇੱਕ ਵੱਡੇ ਅਕਾਲੀ ਆਗੂ ਰਹੇ ਅੱਜ ਕੱਲ੍ਹ ਬੀਜੇਪੀ 'ਚ ਨੇ ਉਹ ਅੰਮ੍ਰਿਤਸਰ 'ਚ ਸੀਗੇ ਉਹਨਾਂ ਨੇ ਅਕਾਲੀ ਬੀਜੇਪੀ ਗੱਠਜੋੜ ਦੇ ਉੱਤੇ ਇੱਕ ਰਾਏ ਰੱਖੀ ਹੈ ਔਰ ਉਹਨਾਂ ਦੀ ਰਾਏ ਕਾਫੀ ਅੰਦਰਲੀ ਰਾਏ ਮੰਨੀ ਜਾਂਦੀ ਆ ਇਹਦੇ ਤੇ ਵੀ ਜਾਣੇ ਆ ਲੇਕਿਨ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਯਾਨੀ AG ਨੂੰ ਵਿਨੋਦ ਘਈ ਨੂੰ ਬਦਲਣ ਦੀ ਗੱਲ ਤਾਂ ਕੱਲ ਤੁਰ ਪਈ ਲੇਕਿਨ ਇਹਦੇ ਉੱਤੇ ਅੱਗੇ ਕੀ ਹੋਇਆ ਸਾਰਿਆਂ ਦੀ ਨਜ਼ਰ ਉੱਥੇ ਲੱਗੀ ਰਹੀ ਮੁੱਖ ਮੰਤਰੀ ਸੀਗੇ ਸਟੇਟ ਤੋਂ ਬਾਹਰ ਉਹ ਛੱਤੀਸਗੜ੍ਹ ਸੀਗੇ ਉਸ ਤੋਂ ਬਾਅਦ ਉਹ ਦਿੱਲੀ ਚਲੇ ਗਏ ਲੇਕਿਨ ਕਈ ਉਮੀਦਵਾਰਾਂ ਦੇ ਦਿੱਲੀ 'ਚ ਹੋਣ ਦਾ ਵੀ ਪਤਾ ਲੱਗਿਆ ਜਿਹੜੇ AG ਬਣਨ ਦੀ ਖਾਹਿਸ਼ ਪਾਲਦੇ ਨੇ ਸੋ ਇਹ ਮਾਮਲਾ ਵੀ ਦਿਲਚਸਪ ਹੈ ਕਿ ਮੁੱਖ ਮੰਤਰੀ ਜਦੋਂ ਅੱਜ ਪਰਤਾਉਣਗੇ ਤਾਂ ਪਰਤ ਕੇ ਫੈਸਲੇ ਇੱਥੇ ਹੁੰਦੇ ਆ ਕਿ ਦਿੱਲੀ 'ਚ ਹੁੰਦੇ ਨੇ ਇਹ ਸਵਾਲ ਨੂੰ ਐਡਰੈਸ ਕਰਦੇ ਹਾਂ ਲੇਕਿਨ ਇਹਦੇ ਨਾਲ ਨਾਲ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਜੰਜੂਆ ਉਹਨਾਂ ਦੇ ਕੇਸ ਵਿੱਚ ਵੀ ਕੁਝ ਨਵੀਆਂ ਇਨਪੁੱਟਸ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਦੋਂ ਕੱਲ੍ਹ ਆਲ ਪਾਰਟੀ ਮੀਟਿੰਗ ਪਾਰਲੀਮਾਨੀ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਤੇ ਉਹਦੇ ਵਿੱਚ ਅਚਾਨਕ ਔਰਤਾਂ ਦੀ ਰੈਜ਼ਰਵੇਸ਼ਨ ਦਾ ਮਹਿਲਾ ਰਾਖਵਾਂਕਰਨ ਦਾ ਮੁੱਦਾ ਕਿਉਂ ਉੱਠ ਪਿਆ ਇਹ ਵੀ ਕਾਫੀ ਅਹਿਮ ਆ ਕਿ ਕੋਈ ਵੱਡਾ ਫੈਸਲਾ ਹੋਣ ਜਾ ਰਿਹਾ ਪਾਰਲੀਮੈਂਟ ਦੀਆਂ ਸੀਟਾਂ ਵਧਾਉਣ ਦੀ ਕਵਾਇਤ ਨਹੀਂ ਕਿ ਅਚਨਚੇਤ ਹੀ ਕੁਝ ਇਸ ਤਰ੍ਹਾਂ ਦਾ ਪ੍ਰਾਵਧਾਨ ਕਰਤਾ ਜਾਵੇ ਖੈਰ ਆਪਾਂ ਆਖਰ ਦੇ ਵਿੱਚ ਚੱਲਾਂਗੇ ਕਿ 24 ਦੀ ਇਲੈਕਸ਼ਨ ਤੋਂ ਪਹਿਲਾਂ ਕਿਸਾਨਾਂ ਨੂੰ 6 ਫਸਲਾਂ ਤੇ ਕੋਈ MSP ਦੇ ਨਜ਼ਰੀਏ ਤੋਂ ਤੋਹਫਾ ਮਿਲ ਸਕਦਾ ਇਲੈਕਸ਼ਨ ਫਾਇਦੇਮੰਦ ਵੀ ਕਦੇ ਕਦੇ ਹੋ ਜਾਂਦੀ ਹੈ ਲੇਕਿਨ ਕੀ ਮਿਲ ਸਕਦਾ ਇਹ ਸਵਾਲ ਵੀ ਕਾਫੀ ਅਹਿਮ ਆ ਇਹਨਾਂ ਸਾਰੇ ਸਵਾਲਾਂ ਨੂੰ ਲੈਂਦੇ ਹਾਂ ਸੋ ਸਭ ਤੋਂ ਪਹਿਲਾਂ ਭਾਸਕਰ ਸਾਹਿਬ ਮੈਨੂੰ ਇਹ ਸਮਝਾਓ ਜਦੋਂ ਕੱਲ ਹੈਦਰਾਬਾਦ ਦੇ ਵਿੱਚ CWC ਜੁੜ ਬੈਠੀ ਸੀਗੀ ਉੱਥੇ ਪੰਜਾਬ ਦੇ ਕਾਂਗਰਸੀ ਸ਼ਾਇਦ ਪਹਿਲੀ ਵਾਰੀ ਇੰਨੀ ਵੱਡੀ ਸੰਖਿਆ 'ਚ ਸੀਗੇ ਇੱਕ ਫੋਟੋ ਵੀ ਦੁਪਹਿਰੋਂ ਬਾਅਦ ਨਸ਼ਰ ਹੋਈ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਮਨੀਸ਼ ਤਿਵਾੜੀ ਸੁਖਜਿੰਦਰ ਸਿੰਘ ਰੰਧਾਵਾ ਔਰ ਉਹਨਾਂ ਦੇ ਨਾਲ ਰਾਜਾ ਵੜਿੰਗ ਪਰ ਪਿਕਚਰ 'ਚ ਚੰਨੀ ਹੈ ਨਹੀਂ ਸੀ ਮਤਲਬ ਇਹ ਵੀ ਖਬਰ ਬਣਦੀ ਹੈ ਕਿ ਚੰਨੀ ਕਿਉਂ ਉਸ ਪਿਕਚਰ 'ਚ ਨਹੀਂ ਸੀ ਹੈਗੇ ਇਹ ਫਰੇਮ 'ਚੋਂ ਜਾਣ ਕੇ ਬਾਹਰ ਰੱਖੇ ਗਏ ਜਾਂ ਮੌਕਾ ਮੇਲੀ ਵੇਖਿਆ ਗਿਆ ਕਿ ਜਦੋਂ ਫਰੇਮ 'ਚ ਨਾ ਹੋਣ ਫੋਟੋ ਉਦੋਂ ਖਿਚਵਾਈ ਜਾਵੇ ਲੇਕਿਨ ਸਭ ਤੋਂ ਵੱਧ ਦਿਲਚਸਪ ਖਬਰ ਇਹੀ ਕਿ ਪੰਜਾਬ ਦੇ ਕਾਂਗਰਸੀ ਜਿਹੜੇ ਪੰਜਾਬ 'ਚ ਦਮਗਜੇ ਮਾਰ ਕੇ ਗਏ ਆ ਕਿ ਅਸੀਂ ਨਹੀਂ ਇਹਨਾਂ ਨਾਲ ਇਕੱਠਿਆਂ ਲੜਨਾ ਅਸੀਂ ਸੀਟਾਂ ਦੀ ਵੰਡ ਨਹੀਂ ਜੇ ਕਰਨੀ ਉਹਨਾਂ ਨੇ ਇਸ ਮੀਟਿੰਗ ਦੌਰਾਨ ਆਪਣਾ ਪੱਖ ਕਿਵੇਂ ਰੱਖਿਆ ਹੁਣ ਵੱਖ ਵੱਖ ਰਿਪੋਰਟਾਂ ਏਜੰਸੀਆਂ ਦੀਆਂ ਜਿਹੜੀਆਂ ਆ ਰਹੀਆਂ ਨੇ ਔਰ ਜਿਹੜੇ ਅੰਦਰਲੇ ਸਰੋਤ ਆ ਭਾਸਕਰ ਸਾਹਿਬ ਉਸ ਨਜ਼ਰੀਏ ਤੋਂ ਪੰਜਾਬ ਦੇ ਵਰਕਰਾਂ ਦੇ ਵਿੱਚ ਕਾਂਗਰਸੀਆਂ ਦੇ ਵਿੱਚ ਅੱਜ ਸੁਨੇਹਾ ਕੀ ਜਾ ਰਿਹਾ ਤੋਰੀਏ ਗੱਲ ਕੱਲ ਹੈਦਰਾਬਾਦ ਦੇ ਵਿੱਚ CWC ਦਾ ਐਕਸਟੈਂਡਡ ਸੈਸ਼ਨ ਸੀਗਾ ਐਕਸਟੈਂਡਡ ਸੈਸ਼ਨ ਇਸ ਕਰਕੇ ਉੱਥੇ ਚੇਚੇ ਤੌਰ ਤੇ PPCC ਪ੍ਰਧਾਨ ਉਹਨਾਂ ਕਾਂਗਰਸ ਰੂਲਡ ਸਟੇਟਸ ਦੇ ਤਕਰੀਬਨ ਸਾਰੀ ਸਟੇਟਸ ਦੇ ਬੁਲਾਏ ਹੋਏ ਸੀ ਪੰਜਾਬ ਦੇ ਵਿੱਚੋਂ ਲੀਡਰ ਆਫ ਅਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਪਰਮਾਨੈਂਟ ਇਨਵਾਈਟੀ ਹੈਗੇ ਨੇ ਉਹ ਰਾਜਸਥਾਨ ਦੇ ਇੰਚਾਰਜ ਵੀ ਹੈਗੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਹੋਣ ਵਾਲੇ ਅਲਾਇੰਸ ਦੇ ਉੱਤੇ ਨਾ ਕੇਵਲ ਆਪਣੀ ਬਲਕਿ ਪੰਜਾਬ ਦੇ ਵਿੱਚੋਂ ਫੀਡਬੈਕ ਦੇਣ ਦੀ ਕੋਸ਼ਿਸ਼ ਕੀਤੀ ਔਰ ਸਭ ਤੋਂ ਜ਼ਿਆਦਾ ਵੋਕਲ ਸੀਗੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਚੇਚੇ ਤੌਰ 'ਤੇ ਇਹ ਗੱਲ ਕਹੀ ਕਿ ਇਨਕੇਸ ਅਗਰ ਇੱਦਾਂ ਦਾ ਕੋਈ ਅਲਾਇੰਸ ਹੁੰਦਾ ਹੈ ਤੇ ਲੀਡਰ ਆਫ ਅਪੋਜੀਸ਼ਨ ਪਾਰਟੀ ਔਰ ਰੂਲਿੰਗ ਪਾਰਟੀ ਜੇ ਮਿਲ ਕੇ ਇਲੈਕਸ਼ਨ ਲੜਦੀ ਹੈ ਤੇ ਇਹਦਾ ਸਿੱਧਾ ਸਿੱਧਾ ਫਾਇਦਾ BJP ਔਰ ਅਕਾਲੀ ਦਲ ਨੂੰ ਹੋਏਗਾ ਔਰ ਸਾਰੀ ਗੱਲ ਸੁਣਨ ਤੋਂ ਬਾਅਦ ਹਜੇ ਗੱਲ ਚੱਲ ਹੀ ਰਹੀ ਸੀ ਖੜਗੇ ਸਾਹਿਬ ਨੇ ਇੰਟਰਵਿਊ ਕੀਤਾ ਕਿ ਠੀਕ ਹੈ ਬਾਜਵਾ ਸਾਹਿਬ ਜਦ ਵੀ ਅਸੀਂ ਇਸ ਮੁੱਦੇ ਦੇ ਉੱਤੇ ਫੈਸਲਾ ਲਵਾਂਗੇ ਤੇ ਤੁਹਾਨੂੰ ਕੰਸਲਟ ਕਰਕੇ ਹੀ ਲਵਾਂਗੇ ਯਾਨੀ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਹੁਣ ਉਹ ਕੰਸਲਟੇਸ਼ਨ ਹੀ ਤੇ ਦੇਣ ਗਏ ਸੀਗੇ ਉਹ ਇਹੀ ਗੱਲ ਤੇ ਕਰਨ ਗਏ ਸੀਗੇ ਕਿ ਇਸ ਅਲਾਇੰਸ ਦਾ ਅਪੋਜ਼ ਹੋਣਾ ਚਾਹੀਦਾ ਹੈ ਇੱਦਾਂ ਦਾ ਕੋਈ ਅਲਾਇੰਸ ਨਹੀਂ ਹੋਣਾ ਚਾਹੀਦਾ
पर गल मुकी कित्थे कि चलो जद भी इस मुद्दे ते फैसला लवांगे ते तुहानू पुछ के लवांगे। इस गल दे नाल हुण पंजाब दे विच प्रताप सिंह बाजवा उहनां वापस आणगे और उही लीह दे उत्ते गल अगे तुरेगी। कोई भी अंतिम फैसला इस अलायंस नूं लै के कल नहीं अनाउंस होया और गल उत्थे दी उत्थे ही खड़ी है कि अलायंस होएगा कि नहीं होएगा। और इस मुद्दे दे उत्ते पंजाब दे विच कांग्रेसी जिस तरीके नाल पिछले दिनों दे विच देखिया कि रवनीत सिंह बिट्टू उहनां ने इस अलायंस दे होण दे बारे जानकारी दित्ती और उहदे बाद कांग्रेस दे ही लीडरां ने रवनीत सिंह बिट्टू उहनां दे उत्ते अटैक जिहा करना शुरू किया और जिहड़े दूजे एम पीज ने रवनीत सिंह बिट्टू उहनां दे उहनां ने भी रवनीत सिंह बिट्टू उहनां दा साथ इस अलायंस दे मुद्दे दे उत्ते नहीं दित्ता। भावें अंदर खाते यह भी गल बाहर निकल के आ रही है कि ज्यादातर कांग्रेस के मैंबर ऑफ पार्लियामेंट इस अलायंस के पक्ष च ने पर गल उत्थे दी उत्थे ही खड़ी है। एक गल तो प्रताप सिंह बाजवा ने मोगा च कह ही दिती सी कि जिहड़े एम पी है ते चाहुणगे भी किहड़ा वेला होवे साडी तां सीट पक्की करो, लेकिन असीं पंजाब दे विच कांग्रेस नूं देखणा है, कांग्रेस दे वर्करां दी भावना देखणी है। सो इंद्रप्रीत जी, क्योंकि यह खबरां प्रकाशित होईआं ने पी टी आई के हवाले नाल, एक खबर है पंजाबी अखबार दे विच, इंडियन एक्सप्रैस ने इहदे उत्ते अपनी टिप्पणी दित्ती है और इसे तरह टाइम्स ऑफ इंडिया दे विच भी इस गठजोड़ नूं लै के दिल्ली ते पंजाब नूं लै के वख-वख तरहां दीआं रिपोर्टां छाया होईआं ने। मैं चाहुंदा एक वारी तुसीं जे गो थ्रू होए हो तां एक वारी सांझ पा दिओ। ਜਿਵੇਂ ਭਾਸਕਰ ਸਾਹਿਬ ਨੇ ਕਿਹਾ, ਵੈਸੇ ਤਾਂ ਸਾਰੀ ਗੱਲ ਕਰੀ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਤਾਂ ਜਿਹੜਾ ਆਪਣਾ ਸਟੈਂਡ ਕਲੀਅਰ ਕਰਤਾ ਉਹ ਇੱਥੇ ਵੀ ਕਰਕੇ ਗਏ ਸੀ, ਪਰ ਜਿਹੜਾ ਭਾਸਕਰ ਸਾਹਿਬ ਖੜਗੇ ਹੋਰਾਂ ਨੇ ਜੋ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਉਹਨਾਂ ਕੋਲ ਉਹੀ ਕਹਿਣ ਨੂੰ ਬਣਦਾ ਸੀ, ਇਸ ਤੋਂ ਅੱਗੇ ਉਹ ਜਾ ਵੀ ਨਹੀਂ ਸੀ ਸਕਦੇ। ਉਹ ਇਸ ਕਰਕੇ ਕਿ ਜਦੋਂ ਤੁਸੀਂ ਇੰਡੀਆ ਗਠਜੋੜ ਬਣਾ ਰਹੇ ਹੋ, ਮਤਲਬ ਜਿਹਦੇ 'ਚ 35-36 ਪਾਰਟੀਆਂ ਨੂੰ ਲੈ ਕੇ ਆਉਣ ਦੀ ਗੱਲਾਂ ਹੋ ਰਹੀਆਂ ਨੇ, ਉਦੋਂ ਤੁਸੀਂ ਇਕੱਲਿਆਂ ਦੇ ਤੌਰ 'ਤੇ ਇਸ ਤਰ੍ਹਾਂ ਦਾ ਕੋਈ ਫੈਸਲਾ ਲੈ ਵੀ ਨਹੀਂ ਸਕਦੇ, ਕਿਉਂਕਿ ਦੇਖੋ ਇਹ ਗਠਜੋੜ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਨਹੀਂ ਹੈ, ਇਹ 30-35 ਪਾਰਟੀਆਂ ਦਾ ਗਠਜੋੜ ਹੈ ਅਤੇ ਕੋਈ ਵੀ ਪਾਰਟੀ ਨਹੀਂ ਚਾਹੇਗੀ ਵੀ ਕੋਈ ਇੱਕ ਦੋ ਪਾਰਟੀਆਂ ਜਿਹੜੀਆਂ ਆਪਸ 'ਚ ਅਗਰ ਨਹੀਂ ਬਣ ਰਹੀ ਉਹਨਾਂ ਦੀ ਤਾਂ ਉਹਦੇ ਕਰਕੇ ਗਠਜੋੜ ਦੇ ਉੱਤੇ ਉਹਦਾ ਅਸਰ ਆਏ। ਸੋ ਇਸ ਕਰਕੇ ਮੈਨੂੰ ਲੱਗਦਾ ਜੋ ਖੜਗੇ ਸਾਹਿਬ ਨੇ ਜੋ ਵੀ ਮਤਲਬ ਉੱਥੇ ਕਿਹਾ, ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਉਹ ਕੁਛ ਕਹਿ ਵੀ ਨਹੀਂ ਸਕਦੇ ਸੀ। ਉਹਨਾਂ ਨੂੰ ਆਪਣਾ ਜਿਹੜੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ, ਉਹਨਾਂ ਦੀ ਜਿਹੜੀ ਇੱਕ ਕਮੇਟੀ ਬਣਾਈ ਹੋਈ ਹੈ 11 ਮੈਂਬਰੀ, ਉਹਨਾਂ ਨਾਲ ਵੀ ਕੰਸਲਟ ਕਰਨਾ ਪੈਣਾ ਕਿ ਵੀ ਸਾਡੀ ਜਿਹੜੀ ਉੱਥੇ ਦੀ ਸਥਾਨਕ ਲੀਡਰਸ਼ਿਪ ਹੈ ਉਹ ਨਹੀਂ ਮੰਨਦੀ, ਤਾਂ ਸਾਨੂੰ ਕੋਈ ਵੇ ਕੱਢਣਾ ਪਊਗਾ ਦੂਸਰਾ ਜਿਹਦੇ ਨਾਲ ਆਪਾਂ ਅੱਗੇ ਵੱਧ ਸਕੀਏ। ਇਹ ਅਗਰ ਉਹ ਅੱਜ ਦੇ ਦਿਨ 'ਚ ਕੱਲ੍ਹ ਦੇ ਦਿਨ ਮੰਨ ਲਓ ਉਹ ਕੋਈ ਫੈਸਲਾ ਲੈ ਲੈਂਦੇ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਹੈਗਾ ਉਹ ਦੂਰਗਾਮੀ ਹੁੰਦਾ। ਗਠਜੋੜ ਜਿਹੜਾ ਪੂਰਾ ਬਣਿਆ ਹੋਇਆ ਉਹਦੇ 'ਤੇ ਵੀ ਇਹਦਾ ਅਸਰ ਹੋਣਾ ਸੀ, ਉਹ ਖੜਨਾ ਨਹੀਂ ਸੀ ਫਿਰ ਗਠਜੋੜ ਜੀ। ਵੈਸੇ ਤਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦੇ ਕਾਂਗਰਸੀਆਂ ਕੋਲ ਇਹੀ ਰਸਤਾ ਬਚਦਾ ਸੀ ਕਿ ਉਹ ਆਪਣੀ ਹਾਈਕਮਾਂਡ ਨੂੰ ਉਹ ਆਪਣੇ ਵਰਕਰਾਂ ਦੀਆਂ ਆਪਣੇ ਲੀਡਰਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਦੋ ਪੱਧਰ 'ਤੇ ਲਈਆਂ ਉਹਦੇ ਸੰਬੰਧੀ ਸਿਰਫ ਦੱਸ ਹੀ ਸਕਦੇ ਸੀਗੇ। ਔਰ ਖੜਗੇ ਸਾਹਿਬ ਵੀ ਇਹਦੇ 'ਤੇ ਤੁਹਾਡੀ ਗੱਲ ਠੀਕ ਹੈ ਕਿ ਇਸ ਤੋਂ ਅੱਗੇ ਕੁਝ ਨਹੀਂ ਸੀ ਕਹਿ ਸਕਦੇ, ਕਿਉਂਕਿ ਜੇ ਵੱਖ ਵੱਖ ਪਾਰਟੀਆਂ ਇਹਨਾਂ ਮੁੱਦਿਆਂ 'ਤੇ ਬੋਲਣ ਲੱਗ ਪਈਆਂ ਤਾਂ ਗੱਠਜੋੜ 3 ਦਿਨ ਵੀ ਨਹੀਂ ਚੱਲਣਾ। ਲੇਕਿਨ ਇਹਦੇ ਅਗਲਾ ਸਵਾਲ ਹੈ ਕਿ ਜਦੋਂ ਤੁਸੀਂ ਆਲਰੇਡੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਾ ਚੁੱਕੇ ਹੋ ਤੇ ਉਹਦੇ ਵਿੱਚ ਕਾਂਗਰਸੀ ਨੁਮਾਇੰਦਾ ਆਲਰੇਡੀ ਹੈਗਾ ਹੈ, ਤਾਂ ਉਹ ਫੈਸਲਾ ਵੀ ਕਰ ਚੁੱਕੇ ਨੇ ਕਿ ਸਥਾਨਕ ਇਕਾਈਆਂ ਪਾਰਟੀਆਂ ਦੀਆਂ ਸਥਾਨਕ ਇਕਾਈਆਂ ਸਥਾਨਕ ਪੱਧਰ ਦੇ ਉੱਤੇ ਆਪਸ ਵਿੱਚ ਮੀਟਿੰਗਾਂ ਕਰਨਗੀਆਂ। ਤਾਂ ਕੀ ਜਦੋਂ ਤਾਲਮੇਲ ਕਮੇਟੀ ਨੇ ਫੈਸਲਾ ਲੈ ਲਿਆ ਉਸ ਤੋਂ ਬਾਅਦ ਤਾਲਮੇਲ ਕਮੇਟੀ ਦੇ ਵਿੱਚ ਉਹਨਾਂ ਪਾਰਟੀਆਂ ਦੇ ਨੁਮਾਇੰਦੇ ਜਾ ਕੇ ਇਹ ਕਹਿਣਗੇ ਕਿ ਇਹਦੇ ਉੱਤੇ ਅਜੇ ਇਹਨੂੰ ਹੋਲਡ ਤੇ ਰੱਖ ਲਿਆ ਜਾਵੇ, ਇਹਦੇ ਉੱਤੇ ਫੈਸਲਾ ਹੋਣਾ ਬਾਕੀ ਆ। ਇਹ ਕਾਫੀ ਵੱਡਾ ਮਾਮਲਾ ਬਣ ਗਿਆ ਕਿ ਜਦੋਂ ਖੇਤਰੀ ਪੱਧਰ ਦੇ ਉੱਤੇ ਜਿਹਨਾਂ ਲੋਕਾਂ ਨੇ ਸਿਰ ਜੋੜ ਕੇ ਬਹਿਣਾ ਸੀ ਉਹਨਾਂ ਦੋਨਾਂ ਦੇ ਆਗੂ ਇੱਕ ਦੂਜੇ ਦੇ ਆਹਮਣੇ ਸਾਹਮਣੇ ਹੋਏ ਨੇ। ਔਰ ਇਹਦੇ 'ਚ ਆਮ ਆਦਮੀ ਪਾਰਟੀ ਦੇ ਵੀ ਲੀਡਰਾਂ ਨੇ ਕਿਹਾ ਵੀ ਅਸੀਂ ਮਰੇ ਨਹੀਂ ਜਾ ਰਹੇ ਤੁਹਾਡੇ ਨਾਲ ਗੱਠਜੋੜ ਤੋਂ। ਸੋ ਇਹ ਕਾਫੀ ਅਹਿਮ ਆ ਕਿ ਤਾਲਮੇਲ ਕਮੇਟੀ ਦਾ ਸਥਾਨਕ ਪੱਧਰ ਤੇ ਤਾਲਮੇਲ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ। ਮੈਂ ਪਰ ਇੰਦਰਪ੍ਰੀਤ ਜੀ ਦੂਜੀ ਖਬਰ ਤੁਹਾਡੇ ਵੱਲੋਂ ਤੋਰਨੀ ਚਾਹੂੰਗਾ ਕਿ ਕੱਲ ਸੁਨੀਲ ਜਾਖੜ ਸਾਹਿਬ ਨੇ ਕਾਫੀ ਦੇਰ ਤੋਂ ਉਡੀਕਿਆ ਜਾ ਰਿਹਾ ਸੰਗਠਨ ਦਾ ਢਾਂਚਾ ਅਨਾਊਂਸ ਕਰਤਾ। ਮੈਨੂੰ ਲੱਗਦਾ ਅਜੇ ਭਾਵੇਂ ਉਹ ਕੋਈ 4 ਦਿਨ ਹੋਰ ਰੁਕਦੇ, ਹੋਰ ਪਾਰਟੀਆਂ ਤੋਂ ਆਉਣ ਵਾਲੇ ਲੀਡਰਾਂ ਦਾ ਇੰਤਜ਼ਾਰ ਕਰਦੇ, ਪਰ ਅਸੀਂ ਤੁਸੀਂ ਰਲ ਮਿਲ ਕੇ ਰੋਜ਼ ਫਾਨਾ ਠੋਕ ਰਹੇ ਸੀਗੇ ਵੀ ਰੁਕਾਵਟ ਕਿੱਥੇ ਆ, ਕੀ ਕਾਰਨ ਹੈ। ਸੋ ਉਹਨਾਂ ਨੇ ਇੱਕ ਜੰਬੋ ਜੈਟ, ਮੈਨੂੰ ਲੱਗਦਾ ਬਹੁਤੇ ਗੈਰ ਭਾਜਪਾਈਆਂ ਨੂੰ ਸਟੈਂਪ ਲਾ ਕੇ ਪੱਕੇ ਭਾਜਪਾਈ ਕਰ ਲਿਆ, ਪਰ ਜਿਹੜੇ ਪੱਕੇ ਭਾਜਪਾਈ ਆ ਉਹਨਾਂ ਦੇ ਅੰਦਰ ਜਿਹੜਾ ਆਕਰੋਸ਼ ਹੈ ਉਹਦਾ ਕਿਵੇਂ ਕਰੀਏ? ਕਿਹੜੇ ਕਿਹੜੇ ਵਿਅਕਤੀ ਮੀਟਿੰਗ ਸੱਦਣ ਨੂੰ ਫਿਰਦੇ ਆ? ਇੰਦਰਪ੍ਰੀਤ ਜੀ ਸਾਂਝ ਪਾਓ ਜ਼ਰਾ।
ਰੰਧਾਵਾ ਸਾਹਿਬ, ਜਿਹੜੀ ਇੱਕ ਤੋਂ ਪਹਿਲਾਂ ਇੱਕ ਛੋਟਾ ਜਿਹਾ ਪੁਆਇੰਟ ਉਹ ਰਹਿ ਗਿਆ, ਪਹਿਲੀ ਵਾਲੀ ਖਬਰ ਜਿਹੜੀ ਆਪਾਂ ਡਿਸਕਸ ਕਰ ਰਹੇ ਸੀ, ਮੈਂ ਇੱਕ ਪੁਆਇੰਟ ਉਹਦੇ 'ਚ ਹੋਰ ਕਹਿਣਾ ਸੀ ਕਿ ਜਿਹੜਾ ਰੱਫੜ ਮਤਲਬ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਵਿੱਚ ਪਿਆ ਹੋਇਆ, ਉਹ ਇਕੱਲਾ ਇਹੀ ਨਹੀਂ ਹੈ, ਹੋਰ ਵੀ ਜਿਹੜੀਆਂ ਸਟੇਟਾਂ 'ਚ ਹੋਰ ਪਾਰਟੀਆਂ ਨਾਲ ਵੀ ਹੋਊਗਾ, ਉਹ ਵੀ ਨਾਲ ਆਉਣਾ। ਤਾਂ ਜੇ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਇਹ ਇੱਕਦਮ ਫੈਸਲਾ ਨਹੀਂ ਲਿਆ ਜਾ ਸਕਦਾ ਵੀ ਚੱਲ ਅੱਜ ਤਾਂ ਆਮ ਆਦਮੀ ਪਾਰਟੀ ਨੂੰ ਆਪਾਂ ਕਹਿੰਦੇ ਵੀ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨੋਂ ਹੀ ਮਜ਼ਬੂਤ ਹੈਗੀਆਂ ਨੇ, ਉਹ ਆਪਣਾ ਆਪਣਾ ਲੜ ਲੈਣ, ਬਾਅਦ 'ਚ ਪ੍ਰੋ ਪੋਸਟ ਅਲਾਇੰਸ ਦੇ ਵਿੱਚ ਆ ਜਾਣਗੇ। ਸੋ ਇਹ ਇਕੱਲਾ ਇੱਥੇ ਨਹੀਂ, ਐਂਈ ਮੰਨ ਲਓ ਕੱਲ ਨੂੰ ਕਾਮਰੇਡ ਦੇ ਜਿਹੜੇ ਉੱਥੇ ਵਾਮਪੰਥੀ ਹੈਗੇ ਨੇ ਅਤੇ ਉਹ ਨਾਲ ਹੀ ਉੱਥੇ ਮਮਤਾ ਬੈਨਰਜੀ ਹੈ ਵੈਸਟ ਬੰਗਾਲ 'ਚ, ਇਸ ਤਰ੍ਹਾਂ ਦੂਜੀਆਂ ਸਟੇਟਾਂ 'ਚ ਵੀ ਬੰਦੇ ਹੈਗੇ ਨੇ, ਫਿਰ ਉਹ ਵੀ ਤਾਂ ਆਪਸ 'ਚ ਕਰ ਹੀ ਰਹੇ ਹੋਣਗੇ ਨਾ, ਤਾਂ ਉਹ ਵੀ ਜੇ ਇੱਦਾਂ ਇੱਦਾਂ ਹੀ ਫੈਸਲੇ ਲੈਣਗੇ ਤਾਂ ਫਿਰ ਅੱਗੇ ਗੱਠਜੋੜ ਚੱਲੇਗਾ ਕਿਵੇਂ? ਸੋ ਇਹ ਸਾਰੀਆਂ ਚੀਜ਼ਾਂ ਨੂੰ ਕੰਸਿਡਰ ਹਜੇ ਕੀਤਾ ਜਾਏਗਾ। ਦੂਜੀ ਗੱਲ ਹੁਣ ਪਰ ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਇੱਕ ਸਵਾਲ ਉੱਠਿਆ ਸੀਗਾ ਕਿ ਜਿੱਥੇ ਜਿੱਥੇ ਬੀਜੇਪੀ ਕਮਜ਼ੋਰ ਹੈ, ਜਿੱਥੇ ਜਿੱਥੇ ਬੀਜੇਪੀ ਤਗੜੀ ਨਹੀਂ ਹੈ, ਉੱਥੇ ਜੇਕਰ ਆਪਸ ਵਿੱਚ ਲੜਨ ਨਾਲ ਕੋਈ ਫਾਇਦਾ ਹੁੰਦਾ ਹੋਵੇ, ਇਸ ਤੋਂ ਚੰਗਾ ਕਿ ਅਸੀਂ ਇਕੱਠੇ ਹੋ ਜਾਈਏ ਤੇ ਬੀਜੇਪੀ ਨੂੰ ਮੁੱਖ ਵਿਰੋਧੀ ਵਜੋਂ ਲਈਏ, ਉੱਥੇ ਵੱਖਰਿਆਂ ਵੱਖਰਿਆਂ ਲੜ ਲਿਆ ਜਾਵੇ। ਸੋ ਮੈਨੂੰ ਲੱਗਦਾ ਹੈ ਕਿ ਇਸ ਸੰਭਾਵਨਾ ਤੇ ਵੀ ਚੱਲਿਆ ਜਾਊਗਾ, ਜਿਵੇਂ ਪੱਛਮੀ ਬੰਗਾਲ ਹੈਗਾ ਜਾਂ ਹੋਰ ਸਾਊਥ ਦੀਆਂ ਸਟੇਟਸ ਕੁਝ ਹੈਗੀਆਂ, ਕਿ ਜਿੱਥੇ ਬੀਜੇਪੀ ਨਹੀਂ ਤਗੜੀ, ਉੱਥੇ ਆਪਣੀ ਆਪਣੀ ਪਾਰਟੀ ਜਿਹੜੀ ਆਪਣੇ ਆਪਣੇ ਤਰੀਕੇ ਨਾਲ ਲੜ ਲਏ, ਤਾਂ ਕਿ ਉਹਨਾਂ ਦੀ ਵਿਧਾਨ ਸਭਾ ਦਾ ਜਿਹੜਾ ਆਪਣਾ ਇੱਕ ਰਿਦਮ ਆ ਉਹ ਵੀ ਬਣਿਆ ਰਹੇ। ਮੈਨੂੰ ਲੱਗਦਾ ਇਹਦੇ ਉੱਤੇ ਅਜੇ ਫਰਦਰ ਵਿਚਾਰ ਹੋਊਗੀ, ਪਰ ਜ਼ਰੂਰੀ ਨਹੀਂ ਕਿ ਪੰਜਾਬ ਦੇ ਵਿੱਚ ਸੀਟਾਂ ਦੀ ਵੰਡ ਹੋ ਜਾਏ। ਹਾਂ ਬਿਲਕੁਲ, ਹਜੇ ਹੋਏਗਾ, ਔਰ ਅਜੇ ਮੈਨੂੰ ਲੱਗਦਾ ਕਿ ਜਿਹੜੇ ਇਹ ਪੰਜੋਂ ਇਹ ਸਾਰੀ ਪਾਰਟੀਆਂ ਇਸ ਟਾਈਮ ਇਕੱਠੀਆਂ ਹੋ ਰਹੀਆਂ ਨੇ, ਜਿਵੇਂ ਕੱਲ ਕਾਂਗਰਸ ਦੀ CWC ਦੀ ਮੀਟਿੰਗ ਸੀ, ਹਜੇ ਫੋਕਸ ਉਹਨਾਂ ਦਾ ਉਹਨਾਂ ਪੰਜ ਸਟੇਟਾਂ ਦੇ ਉੱਤੇ ਹੈ ਜਿਹਦੇ ਇਲੈਕਸ਼ਨ ਅਗਲੇ ਮਹੀਨੇ ਜਾਂ 2 ਮਹੀਨੇ ਬਾਅਦ ਹੋਣੇ ਨੇ। ਹਜੇ ਮੈਨੂੰ ਲੱਗਦਾ ਕਿ ਸਾਰਾ ਫੋਕਸ ਉਹ ਪਹਿਲਾਂ ਉੱਥੇ ਕਰਨਗੇ, ਉਸ ਤੋਂ ਬਾਅਦ 24 ਵਾਲਾ ਆਊਗਾ। ਜੇ ਪਹਿਲਾਂ ਹੀ ਉਹ ਆਹ ਪੰਜ ਸੀਟਾਂ ਜਿਹੜੀਆਂ ਪੰਜ ਸਟੇਟਾਂ ਨੇ ਉਹ ਮੰਨ ਲਓ ਉਹ 'ਚ ਅੱਛੀ ਖਾਸੀ ਜਿੱਤ ਪ੍ਰਾਪਤ ਕਰ ਲੈਂਦੇ ਆ, ਜਿਵੇਂ ਕਿ ਰਾਜਸਥਾਨ ਹੈਗਾ, ਮੱਧ ਪ੍ਰਦੇਸ਼ ਹੈਗਾ, ਵੱਡੀਆਂ ਸਟੇਟਾਂ ਨੇ ਜਿੱਥੋਂ ਚੰਗੀਆਂ ਸੀਟਾਂ ਲੋਕ ਸਭਾ ਦੀਆਂ ਵੀ ਆਉਂਦੀਆਂ ਨੇ, ਤਾਂ ਉਹਦਾ ਅਸਰ ਵੀ ਨੈਚੁਰਲੀ ਲੋਕ ਸਭਾ 'ਤੇ ਆਉਣਾ। ਜੇ ਇੱਥੇ ਹੀ ਇਹ ਕਮਜ਼ੋਰ ਸਾਬਿਤ ਹੋ ਗਏ ਤਾਂ ਉਹਦਾ ਵੀ ਉਹ ਆਟੋਮੈਟਿਕ ਹੀ ਉੱਥੇ ਜਿਹੜਾ ਲੋਕ ਸਭਾ ਹੈ ਉਹ ਵੀਕ ਹੋ ਜਾਏਗੀ ਉਹਨਾਂ ਦੀ। ਸੋ ਇਹ ਮੈਨੂੰ ਲੱਗਦਾ ਕਿ ਇਹ ਸਾਰਾ ਵੀ ਉਹ ਕੰਸਿਡਰ ਕਰ ਰਹੇ ਹੋਣੇ। ਇੱਕ ਚੀਜ਼ ਇਹਦੇ ਵਿੱਚ ਇੰਦਰਪ੍ਰੀਤ ਜੀ ਹੋਰ, ਅਜੇ ਗੱਲ ਤੁਰੀ ਆ ਤਾਂ ਗਾਹ ਪੂਰੀ ਤੋਰ ਹੀ ਲੈਂਦੇ, ਭਾਸਕਰ ਸਾਹਿਬ ਨੂੰ ਵੀ ਸ਼ਾਮਿਲ ਕਰ ਹੀ ਲੈਂਦੇ ਆ, ਨੈਸ਼ਨਲ ਪੋਲਿਟਿਕਸ 'ਚ ਤੁਸੀਂ ਲੈਂਦਾ ਹੈ ਕਿ ਇਲੈਕਸ਼ਨ ਜਿਹੜੀ ਪਾਰਲੀਮੈਂਟ ਦੀ ਹੋਊਗੀ ਜਾਂ ਇਲੈਕਸ਼ਨ ਪੰਜ ਵਿਧਾਨ ਸਭਾਵਾਂ ਦੀ ਹੋਊਗੀ, ਸਵਾਲ ਇਸ ਗੱਲ ਦਾ ਹੈ ਕਿ ਕਈ ਵਾਰੀ ਗੱਠਜੋੜ ਦੀ ਹਵਾ ਜਿਹੜੀ ਇੱਕ ਪਾਰਟੀ ਖਰਾਬ ਹੋਵੇ ਉਹ ਦੂਜੀ ਦੀ ਵੀ ਖਰਾਬ ਕਰ ਦਿੰਦੀ। ਮੰਨ ਲਓ ਜੇ ਆਮ ਆਦਮੀ ਪਾਰਟੀ ਸੱਤਾ 'ਚ ਹੈ, ਉਹਦੀ ਹਵਾ ਖਰਾਬ ਹੋ ਰਹੀ ਤੇ ਉਹ ਕਾਂਗਰਸ ਨੂੰ ਵੀ ਲੈ ਡੁੱਬੂਗੀ। ਜੇ ਕਾਂਗਰਸ ਦੀ ਹਵਾ ਖਰਾਬ ਹੋ ਰਹੀ ਹੈ ਕਿ ਇਹਦੇ ਬਹੁਤੇ ਬੰਦੇ ਤਾਂ ਕਰਪਸ਼ਨ ਵਰਗੀਆਂ ਅਲਾਮਤਾਂ 'ਚ ਫਸੇ ਹੋਏ ਆ, ਤਾਂ ਉਹ ਆਮ ਆਦਮੀ ਪਾਰਟੀ ਨੂੰ ਵੀ ਲੈ ਕੇ ਬਹਿ ਜਾਊਗੀ। ਮਤਲਬ ਇੱਕ ਦਾ ਬੋਝ ਦੂਜੇ ਨੂੰ ਢੋਣਾ ਪੈ ਸਕਦਾ, ਕਈ ਵਾਰੀ ਲੋਕ ਇਹ ਤੋਂ ਵੀ ਬਚਦੇ ਆ। ਤਾਂ ਠੀਕ ਹੈ ਗੱਲ ਤੁਹਾਡੀ ਕਿ ਉਹਨਾਂ ਦਾ ਫੋਕਸ ਪੰਜਾਂ ਰਾਜਾਂ 'ਤੇ ਹੋਊਗਾ, ਪਰ ਜੇ ਪੰਜਾਂ ਰਾਜਾਂ ਤੋਂ ਪਹਿਲਾਂ ਇਹ ਬਿਮਾਰ ਹਵਾ ਸਾਰੇ ਬੰਨੇ ਫੈਲ ਜੇ ਤਾਂ ਇਹ ਲੈ ਕੇ ਵੀ ਬਹਿ ਜਾਂਦੀ। ਭਾਸਕਰ ਸਾਹਿਬ, ਵੈਸੇ ਜਦੋਂ ਕੱਲ੍ਹ ਇਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ, ਤਾਂ ਪਾਰਲੀਮੈਂਟ ਸੈਸ਼ਨ ਦਾ ਜ਼ਿਕਰ ਵੀ ਉਸੇ ਵੇਲੇ ਹੋ ਰਿਹਾ ਸੀਗਾ, ਕੋਈ ਵੱਡੇ ਫੈਸਲੇ ਹੋ ਸਕਦੇ ਆ? ਇਹ ਜਿਹੜੀਆਂ ਪੰਜ ਰਾਜਾਂ ਦੀਆਂ ਚੋਣਾਂ ਨੇ, ਇਹ ਕਿਧਰੇ ਪਹਿਲਾਂ ਤਾਂ ਨਹੀਂ ਇਹਨਾਂ ਨੂੰ ਥੋੜਾ ਡਿਲੇ ਤਾਂ ਨਹੀਂ ਕਰ ਲਿਆ ਜਾਊਗਾ, ਜਾਂ ਪਾਰਲੀਮੈਂਟ ਉਠਾ ਦਿੱਤੀ ਜਾਊਗੀ? ਇੱਕ ਗਰੁੱਪ ਸੈਸ਼ਨ ਫੋਟੋ ਵੀ ਹੋ ਰਹੀ ਆ, ਸਾਰੇ MP ਉਹਨਾਂ ਨੂੰ ਇਕੱਠਿਆਂ ਇੱਕ ਗਰੁੱਪ ਫੋਟੋ 'ਚ ਲਿਆਂਦਾ ਜਾ ਰਿਹਾ, ਕਿਧਰੇ ਤੁਰੰਤ ਇਸ ਤੋਂ ਬਾਅਦ ਪਾਰਲੀਮੈਂਟ ਭੰਗ ਕਰਨ ਦੀ ਗੱਲ ਤਾਂ ਨਹੀਂ ਹੋ ਜਾਊਗੀ? ਇਲੈਕਸ਼ਨ ਕਰਾਉਣ ਦਾ ਵਿਗਲ ਤਾਂ ਨਹੀਂ ਵੱਜੂਗਾ? ਇਹ ਵੀ ਤਾਂ ਸੰਭਾਵਨਾਵਾਂ ਹੈਗੀਆਂ ਨੇ ਨਾ, ਕਿ ਬੀਜੇਪੀ ਪੰਜਾਂ ਰਾਜਾਂ 'ਚ ਪਹਿਲਾਂ ਜਾ ਕੇ ਉੱਥੋਂ ਕੋਈ ਝਟਕਾ ਸਹਿ ਕੇ ਫਿਰ ਪਾਰਲੀਮੈਂਟ 'ਚ ਨਹੀਂ ਜਾਣਾ ਚਾਹੁੰਦੀ? ਦੇਖੋ, ਦੋਨੋਂ ਗੱਲਾਂ ਹੈਗੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅਲਾਇੰਸ ਦੀ ਗੱਲ ਕਰੀਏ, ਜਦ ਵੀ ਕੋਈ ਪੋਲੀਟੀਕਲ ਅਲਾਇੰਸ ਹੁੰਦਾ ਤਾਂ ਆਪਣੇ ਆਪ ਵਿੱਚ ਇੱਕ ਤਰੀਕੇ ਨਾਲ ਪੋਲੀਟੀਕਲ ਮੈਰਿਜ ਹੁੰਦੀ ਹੈ, ਔਰ ਉਹ ਪੋਲੀਟੀਕਲ ਮੈਰਿਜ ਇੱਕ ਸਟੇਟ ਦੇ ਵਿੱਚ ਹੈਗੀ ਹੈ, ਦੂਜੀ ਸਟੇਟ 'ਚ ਨਹੀਂ ਹੈਗੀ, ਅਤੇ BJP ਨੂੰ ਯਾਨੀ NDA ਨੂੰ ਇਹ ਮੌਕਾ ਮਿਲ ਜਾਏਗਾ। ਦੇਖੋ ਕਿੱਦਾਂ ਦਾ ਅਲਾਇੰਸ ਹੈਗਾ, ਜੇ ਹਰਿਆਣਾ ਦਾ ਬਾਰਡਰ ਕ੍ਰੋਸ ਕਰਦੇ ਹੀ ਪੰਜਾਬ ਦੇ ਵਿੱਚ ਇਹਨਾਂ ਦਾ ਅਲਾਇੰਸ ਨਹੀਂ ਹੈ, ਫਿਰ ਜੰਮੂ ਕਸ਼ਮੀਰ ਵੱਲ ਜਾਂਦੇ ਜਾਂਦੇ ਅਲਾਇੰਸ ਫਿਰ ਹੋ ਜਾਂਦਾ ਹੈ। ਇਹ ਮੈਨੂੰ ਲੱਗਦਾ ਹੈ ਕਿ ਬੜੀ ਇੱਕ ਕਸੂਤੀ ਜਿਹੀ ਸਥਿਤੀ ਹੈ, ਜਿਹੜੀ ਇੰਡੀਆ ਬਲੋਕ ਜਿਹੜਾ ਨਵੀਂ ਅਪੋਜੀਸ਼ਨ ਪਾਰਟੀ ਦਾ ਇੱਕ ਯੂਨਾਈਟਿਡ ਅਪੋਜੀਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਵਿੱਚ ਇੱਦਾਂ ਦੀ ਹਰਡਲਸ ਆਉਣੀ ਹੈ, ਪਰ ਇਹ ਅਲਾਇੰਸ ਜਦ ਹੋਏਗਾ ਤੇ ਐਨ ਬਲੋਕ ਹੋਏਗਾ, ਔਰ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਅੱਗੇ ਵਧਣਾ, ਉਹ ਆਪਣੇ ਆਪ ਵਿੱਚ ਉਹਦੀ ਯੂਨਾਈਟਿਡਨੈਸ ਨੂੰ ਘੱਟ ਕਰੇਗਾ। ਹੁਣ ਗੱਲ ਕਰੀਏ ਆਲ ਪਾਰਟੀ ਮੀਟਿੰਗ ਦੀ ਜਿਹੜੀ ਕੱਲ੍ਹ ਹੋਈ ਹੈ, ਉਸ ਮੀਟਿੰਗ ਦੇ ਵਿੱਚ ਪਾਰਲੀਮੈਂਟ ਦਾ ਏਜੰਡਾ ਦੱਸਿਆ ਵੀ ਗਿਆ, ਜਿਹੜਾ ਸੈਸ਼ਨ ਦੇ ਵਿੱਚ ਬਿੱਲ ਲੈ ਕੇ ਆਉਣੇ ਆ, ਔਰ ਨਹੀਂ ਵੀ ਦੱਸਿਆ ਗਿਆ। ਅਪੋਜੀਸ਼ਨ ਨੇ ਮੰਗ ਕੀਤੀ ਕਿ ਵਿਮੈਨ ਰਿਜ਼ਰਵੇਸ਼ਨ ਬਿੱਲ
ਜਿਹੜਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਟਾਈਮ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਸੀਗਾ ਉਹ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਪਾਸ ਨਹੀਂ ਹੋ ਪਾਇਆ ਕਿਉਂਕਿ UPA ਦੇ ਹੀ ਕੁਝ ਪਾਰਟਨਰ ਨੇ ਉਹਦਾ ਵਿਰੋਧ ਕੀਤਾ ਸੀ। ਉਹ ਦੁਬਾਰਾ ਲੈ ਕੇ ਆਇਆ ਜਾਏ, ਤੇਲੰਗਾਨਾ ਦੀ ਤਰਫੋਂ ਇਹ ਡਿਮਾਂਡ ਆਈ ਔਰ ਇਸ ਡਿਮਾਂਡ ਦੇ ਉੱਤੇ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ, ਈਵਨ RJD ਲਾਲੂ ਪ੍ਰਸਾਦ ਯਾਦਵ ਉਹਨਾਂ ਦੀ ਪਾਰਟੀਆਂ ਜਿਨ੍ਹਾਂ ਨੇ ਕਦੀ ਇਦਾਂ ਦੀ ਵੁਮੈਨ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ ਸੀ। ਇਹਦੇ ਵਿੱਚ ਇੱਕ ਨਵੀਂ ਗੱਲ ਜ਼ਰੂਰ ਆਈ ਹੈ ਕਿ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਆਪਣੇ ਸੂਬੇ ਦੇ ਵਿੱਚ ਕਿਹੜੀ ਸੀਟ ਦੇ ਉੱਤੇ ਵਿਮੈਨ ਰਿਜ਼ਰਵੇਸ਼ਨ ਜਾਂ ਵਿਮੈਨ ਕੈਂਡੀਡੇਟ ਉਤਾਰਨਾ ਹੈ ਉਹਦੀ ਸੁਤੰਤਰਤਾ ਮਿਲਣੀ ਚਾਹੀਦੀ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਜਦ ਸਪੈਸ਼ਲ ਸੈਸ਼ਨ ਬੁਲਾਉਣ ਦੀ ਗੱਲ ਹੋਈ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਹਲਕੀ ਜਿਹੀ ਗੱਲ ਤੁਰੀ ਸੀ ਕਿ 180 ਏਦਾਂ ਦੀ ਸੀਟਾਂ ਜਿਹਦੇ ਵਿੱਚ 20 ਲੱਖ ਤੋਂ ਜ਼ਿਆਦਾ ਵੋਟਰ ਹੈਗੇ ਨੇ ਉਹਦੇ ਵਿੱਚ ਦੋ ਕੈਂਡੀਡੇਟ ਇਲੈਕਸ਼ਨ ਲੜਨ, ਇੱਕ ਵਿਮੈਨ ਔਰ ਇੱਕ ਮੈਨ। ਹੁਣ ਉਹ ਨੋਮੀਨੇਟਡ ਵੀ ਹੋ ਸਕਦੀ ਹੈ ਵਿਮੈਨ ਮੈਂਬਰ ਔਰ ਉਹ ਇੱਕ ਇਲੈਕਟਡ ਵੀ ਹੋ ਸਕਦੀ ਹੈ। ਸ਼ਾਇਦ ਇਸ ਮੁੱਦੇ ਦੇ ਉੱਤੇ ਵੀ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਗੱਲ ਉੱਠੇਗੀ। ਔਰ ਅਗਸਤ 10 ਨੂੰ ਰਾਜ ਸਭਾ ਦੇ ਵਿੱਚ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਔਰ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀਆਂ ਨੂੰ ਲੈ ਕੇ ਜਿਹੜਾ ਬਿੱਲ ਪਾਸ ਹੋਇਆ ਸੀ ਔਰ ਹਜੇ ਤੱਕ ਲੋਕ ਸਭਾ ਦੇ ਵਿੱਚ ਪੇਸ਼ ਨਹੀਂ ਹੋ ਪਾਇਆ, ਪਹਿਲੇ ਉਹਦੀ ਗੱਲਾਂ ਚੱਲਦੀ ਸੀ ਵੀ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਉਹਨੂੰ ਵੀ ਲੋਕ ਸਭਾ ਦੇ ਵਿੱਚ ਰੱਖਿਆ ਜਾਏਗਾ। ਉਸ ਮੁੱਦੇ ਦੇ ਉੱਤੇ ਵੀ ਗੱਲ ਅੱਗੇ ਵੱਧਦੀ ਹੋਈ ਨਜ਼ਰ ਇਹ ਨਹੀਂ ਆ ਰਹੀ ਕਿਉਂਕਿ ਕੈਬਿਨੇਟ ਸੈਕਟਰੀ ਦੇ ਰੈਂਕ ਦੇ ਤੌਰ ਤੇ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਜਾਂ ਇਲੈਕਸ਼ਨ ਕਮਿਸ਼ਨਰ ਨੂੰ ਦੇਣਾ, ਉਹਦੀ ਸੈਲਰੀ ਦਾ ਵੀ ਹਿਸਾਬ ਕਿਤਾਬ ਉਸ ਹਿਸਾਬ ਨਾਲ ਕਰਨਾ, ਇਹਦੇ ਉੱਤੇ ਵੀ ਕੁਛ ਓਬਜੈਕਸ਼ਨ ਹੈਗੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਹੀ ਨਿਰਦੇਸ਼ ਦੇ ਅਨੁਸਾਰ ਇੱਕ ਇੰਟਰੀਮ ਕਮੇਟੀ ਬਣਾਈ ਸੀ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਵਾਸਤੇ ਔਰ ਖਾਸ ਕਰਕੇ ਅਰੁਣ ਗੋਇਲ ਜਿਹੜੇ ਇਲੈਕਸ਼ਨ ਕਮਿਸ਼ਨਰ ਨਿਯੁਕਤ ਹੋਏ ਸੀ ਔਰ ਜਿਸ ਤਰੀਕੇ ਨਾਲ ਉਹਨਾਂ ਦੀ ਨਿਯੁਕਤੀ ਬੜੀ ਤੇਜ਼ੀ ਨਾਲ ਹੋਈ ਉਹਦੇ ਉੱਤੇ ਜਦ ਸਵਾਲ ਉਠਾਏ ਗਏ ਤੇ ਚੀਫ ਜਸਟਿਸ ਆਫ ਇੰਡੀਆ ਉਹ ਉਸ ਕਮੇਟੀ ਦੇ ਵਿੱਚ ਜਿਹਦੇ ਵਿੱਚ ਲੀਡਰ ਆਫ ਅਪੋਜੀਸ਼ਨ ਔਰ ਪ੍ਰਾਈਮ ਮਿਨਿਸਟਰ ਮੈਂਬਰ ਸੀਗੇ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਹੋਏ ਬਿੱਲ ਦੇ ਵਿੱਚ ਆਪਣੇ ਹੀ ਇੱਕ ਕੈਬਿਨੇਟ ਮੰਤਰੀ ਨੂੰ ਚੀਫ ਜਸਟਿਸ ਦੀ ਬਜਾਏ ਉਹ ਤਵੱਜੋ ਦਿੱਤੀ ਸੀ। ਇਹ ਬਿੱਲ ਵੀ ਆਏਗਾ ਜਾਂ ਨਹੀਂ ਆਏਗਾ ਪਤਾ ਨਹੀਂ, ਇੰਡੀਆ ਦਾ ਨਾਂ ਭਾਰਤ ਹੋਏਗਾ ਉਹਦੇ ਸੰਬੰਧ ਦੇ ਵਿੱਚ ਕੋਈ ਬਿੱਲ ਆਏਗਾ, ਇਹ ਵੀ ਕੱਲ ਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਕੁਝ ਕਲੀਅਰ ਨਹੀਂ ਹੋਇਆ। ਔਰ ਜਿੱਥੇ ਤੱਕ ਵਨ ਨੇਸ਼ਨ ਵਨ ਪੋਲ ਦੀ ਗੱਲ ਹੈਗੀ ਹੈ ਉਹਦੀ ਮੀਟਿੰਗ ਰਾਮਨਾਥ ਕੋਵਿੰਦ ਜੀ ਨੇ 23 ਤਰੀਕ ਨੂੰ ਰੱਖੀ ਹੈ ਸੈਸ਼ਨ ਤੋਂ ਬਾਅਦ, ਯਾਨੀ ਇਸ ਉੱਤੇ ਵੀ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਕੋਈ ਚਰਚਾ ਨਹੀਂ ਹੋਏਗੀ। ਏਜੰਡਾ ਸਾਫ਼ ਵੀ ਕੀਤਾ ਔਰ ਏਜੰਡੇ ਦੇ ਵਿੱਚ ਕੁਝ ਦੱਸਿਆ ਵੀ ਨਹੀਂ। ਔਰ ਮਨੋਜ ਝਾ RJD ਦੇ ਨੇ ਕੱਲ ਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਇੱਕ ਸਵਾਲ ਉਠਾਇਆ ਕਿ ਇਹ ਸਪੈਸ਼ਲ ਸੈਸ਼ਨ ਬੁਲਾਇਆ, ਇਹ ਸਪੈਸ਼ਲ ਕੀ ਹੈ ਇਹਦੇ ਵਿੱਚ, ਜੇ ਤੁਸੀਂ ਕੋਈ ਸਪੈਸ਼ਲ ਐਕਟੀਵਿਟੀ ਲੈ ਕੇ ਨਹੀਂ ਆ ਰਹੇ ਔਰ 0 ਓਵਰ ਉਹਦੇ ਵਿੱਚ ਰੱਖ ਨਹੀਂ ਰਹੇ, ਕੁਐਸਚਨ ਓਵਰ ਉਹਦੇ 'ਚ ਰੱਖ ਨਹੀਂ ਰਹੇ, ਤੇ ਫਿਰ ਇਹਦੇ ਵਿੱਚ ਸਪੈਸ਼ਲ ਕੀ ਹੈ। ਔਰ ਨੋਰਮਲੀ ਸਪੈਸ਼ਲ ਸੈਸ਼ਨ ਦੇ ਵਿੱਚ ਇੱਕ ਪਰਟੀਕੁਲਰ ਏਜੰਡਾ ਹੁੰਦਾ ਹੈ ਜਿਸ ਏਜੰਡੇ ਦੇ ਉੱਤੇ ਸਰਕਾਰ ਅੱਗੇ ਵਧਣਾ ਚਾਹੁੰਦੀ ਹੈ, ਇੱਦਾਂ ਦਾ ਕੁਝ ਕੱਲ ਆਲ ਪਾਰਟੀ ਮੀਟਿੰਗ ਦੇ ਵਿੱਚ ਨਹੀਂ ਦੱਸਿਆ ਗਿਆ। ਔਰ ਅਧੀਰ ਰੰਜਨ ਚੌਧਰੀ ਜਿਹੜੇ ਕਾਂਗਰਸ ਦੇ ਲੀਡਰ ਆਫ ਅਪੋਜੀਸ਼ਨ ਨੇ ਲੋਕ ਸਭਾ ਦੇ ਵਿੱਚ, ਉਹਨਾਂ ਨੇ ਕਿਹਾ ਵੀ ਕੋਈ ਹੈਗੀ ਹੈ ਇੱਦਾਂ ਦੀ ਗੱਲ, ਕੋਈ ਹਿਡਨ ਏਜੰਡਾ ਹੈਗਾ ਜਿਹੜਾ ਅਚਾਨਕ ਹੀ ਸਾਰਿਆਂ ਨੂੰ ਹੈਰਾਨ ਕਰ ਸਕਦਾ ਹੈ ਇਸ ਸਪੈਸ਼ਲ ਸੈਸ਼ਨ ਦੇ ਵਿੱਚ। ਹੁਣ ਅੱਜ ਤੋਂ ਸੈਸ਼ਨ ਸ਼ੁਰੂ ਹੋ ਗਿਆ, ਅੱਜ ਤੋਂ ਬਾਅਦ ਕੱਲ ਫੋਟੋ ਸੈਸ਼ਨ ਤੋਂ ਬਾਅਦ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਪੂਰੀ ਸੈਸ਼ਨ ਸ਼ੁਰੂ ਹੋ ਜਾਏਗਾ ਔਰ 20 ਤਰੀਕ ਤੋਂ ਆਮ ਦਿਨਾਂ ਵਰਗਾ, ਯਾਨੀ ਇੱਕ ਆਮ ਤਰੀਕੇ ਨਾਲ ਇਹ ਨਵੀਂ ਬਿਲਡਿੰਗ ਦੇ ਵਿੱਚ ਇਹ ਸੈਸ਼ਨ ਚੱਲੇਗਾ। ਹਜੇ ਬਹੁਤ ਸਾਰੇ ਸਰਪ੍ਰਾਈਜ਼ ਆਉਣੇ ਬਾਕੀ ਹੈ, ਇਹਨਾਂ 5 ਦਿਨਾਂ ਦੇ ਵਿੱਚ ਕਿਹੜੇ ਕਿਹੜੇ ਪੋਲੀਟੀਕਲ ਧਮਾਕੇ ਜਾਂ ਫਿਰ ਪੋਲੀਟੀਕਲ ਧਮਾਕੇ ਮੈਂ ਇਸ ਕਰਕੇ ਕਹਿ ਰਿਹਾ ਕਿ ਕੁਝ ਇੱਦਾਂ ਦੇ ਬਿੱਲ ਜਾਂ ਕੋਈ ਐਕਟੀਵਿਟੀ ਪਾਰਲੀਮੈਂਟ ਦੇ ਵਿੱਚ ਲਿਆਈ ਜਾ ਸਕਦੀ ਹੈ ਜਿਹਦੇ ਕਰਕੇ ਦੇਸ਼ ਦੇ ਵਿੱਚ ਕੋਈ ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਇੰਦਰਪ੍ਰੀਤ ਜੀ, ਸਰਦ ਰੁੱਤ ਅੱਗੇ ਪਈ ਸੀ, ਸਰਦ ਰੁੱਤ ਦਾ ਸਮਾਗਮ ਹੁੰਦਾ ਹੈ, ਇਲੈਕਸ਼ਨ ਜਾਂ ਨਵੀਂ ਗਠਨ ਹੋਣੀ ਪਾਰਲੀਮੈਂਟ ਮਈ ਦੇ ਵਿੱਚ ਜਾ ਕੇ, ਅਗਲਿਆਂ ਨੇ ਇੱਥੇ ਪਹਿਲਾਂ ਹੀ ਸਪੈਸ਼ਲ ਸੈਸ਼ਨ ਲਾਤਾ, ਉਹ ਹੱਲਾ ਮੱਚਿਆ, ਕੌਣ ਪਰਵਾਹ ਕਰਦਾ ਜਦੋਂ ਅਗਲਿਆਂ ਕੋਲ ਨੰਬਰ ਹੈ ਤਾਂ ਕੀ ਫਰਕ ਪੈਂਦਾ, ਨੰਬਰ 92 ਦਾ ਇੱਥੇ ਵੀ ਸੀਗਾ, ਇਹਨਾਂ ਨੇ ਵੀ 2-3 ਸਪੈਸ਼ਲ ਹੀ ਸੱਦ ਲਏ। ਜਿਹੜੇ ਵਿਧੀਵਤ ਹੁੰਦੇ ਆ ਉਹਨਾਂ ਦੇ ਵਿੱਚ ਵਿਧੀਵਤ ਬਿਜ਼ਨਸ ਵੀ ਹੁੰਦਾ, ਮੈਨੂੰ ਜੇ ਥੋੜੀ ਜਿਹੀ ਪਛਾਣ ਝਾਤੀ ਮਾਰਾਂ ਤਾਂ ਏਜੰਡਾ ਤਾਂ ਇਹ ਵੀ ਨਹੀਂ ਦੱਸਦੇ। ਆ ਪਿਛਲੀ ਵਾਰੀ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਕਿਹਾ ਸੀ ਵੀ ਅਸੀਂ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਗੁਰਬਾਣੀ ਪ੍ਰਸਾਰਨ ਦਾ ਲੈ ਕੇ ਆਏ ਜੀ, ਮਤ ਲੈ ਕੇ ਆ ਰਹੇ ਹਾਂ। ਔਰ ਬਾਕੀ ਜਿੰਨੇ ਵੀ ਬਿੱਲ ਹੁੰਦੇ ਆ ਉਹ ਤਾਂ ਕਿਤੇ ਕਿਸੇ ਅਖਬਾਰ ਦੇ ਜਾਂ ਕਿਸੇ ਵਿਸ਼ੇਸ਼ ਪੱਤਰਕਾਰ ਜਾਂ ਕਿਸੇ ਖਾਸ ਸੰਪਾਦਕ ਰਾਹੀਂ ਬਾਹਰ ਕੱਢਦੀ ਜਾਂਦੀ ਹੈ ਖਬਰ, ਅਦਰਵਾਈਜ਼ ਤਾਂ ਜੇ ਵਿਧੀਵਤ ਤੌਰ ਤੇ ਏਜੰਡਾ ਦੱਸਿਆ ਜਾਵੇ ਸਾਡੇ ਸਾਰੇ MLAs ਉੱਤੇ ਤਿਆਰੀ ਕਰਕੇ ਆਉਣ, ਪਤਾ ਨਹੀਂ ਕਿਉਂ ਲੁਕਾ ਜਿਹਾ ਰੱਖੀ ਜਾਂਦੇ ਆ, ਜਿੱਦਾਂ ਨਾ ਡੱਬੀ ਬੰਦ ਮੁੱਠੀ ਘੁੱਟ ਕੇ ਰੱਖਣ ਦਾ ਸਵਾਦ ਜਿਹਾ ਆਉਂਦਾ। ਉਹ ਪੁਰਾਣਿਆਂ ਦਾ ਤੇ ਮੰਨਿਆ ਵੀ ਉਹਨਾਂ ਦੇ ਕਈ ਪੰਗੇ ਹੁੰਦੇ ਆ, ਇਹ ਨਵੇਂ ਵਾਲਿਆਂ ਦਾ ਕੀ ਪੰਗਾ ਸੀ, ਨੱਚਣ ਨਾ ਖੁੱਲ ਕੇ ਕਿਉਂ ਘੁੰਡ ਕੱਢ ਕੇ ਨੱਚਦੇ, ਕੀ ਕਹਿੰਦੇ? ਰੰਧਾਵਾ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ,
देखो ये बहुत ही दिलचस्प है, वो इस पक्षों कि जिहड़ी भी पार्टी ये डिमांड करती है कि जी सानू बिल पहला चाहिए ने। मैनू बहुत चंगी तरह याद है ये डिमांड अकाली दल उदों करता हुंदा सी जदों 2002 तो 7 वाली गवर्नमेंट सी। मनप्रीत बादल बार बार उठ उठ के, प्रकाश सिंह बादल बार बार उठ उठ के कहंदे हुंदे सी जी बिल तां अज ही टेबल ते रखे है, सानू की पता एक च की है की नहीं। ईवन वो वाला बिल जिहड़ा नदी जल समझौते रद्द करने वाला बिल सी, वह भी ऑन बिल्कुल टेबल के उत्ते ही दिता गया। चलो उदा तो समझ आता सी भी यार बहुत चीजा उस लुको के रखनिया सी इन्होंने, अचानक ही एक स्पैशल चीज सी, स्पैशल सैशन सी, स्पैशली कोई करके वह चीज क्ढनी सी जिदा सारे हैरान कर देना सीगा। पर बाकी बिल जिहड़े रूटीन का मैटर है जिन्हों पहला कैबिनेट पास करती है, वह बिल जो कैबिनेट ने पास ही करता सैशन शुरू होने तो पहला कैबिनेट सारे बिल क्लीयर कर देती है। जो क्लीयर हो गए तो सैशन के पहले दिन ही वो बिल सारी जिहड़ी विधानसभा है उहदे च क्यों नहीं बंड देंदे, तो अपने आप 6-7 दिन होंदे है वो अपना पढ़ पुढ़ के चंगी तरह आ जाण, लोग भी अपनी राय दे सकण। इदां दा कोई एक सिस्टम भी बनाया जाना चाहिए भी इहनूं पब्लिक डोमेन च भी भेजता जाए, भी जे किसी ने अपनी कोई राय रखनी है तो भी रख देने दे विच, या MLA कह देण जी फलाने प्रोफेसर की या फलानी यूनिवर्सिटी की एक राय आई है ये भी मैनूं ठीक लगती है इनकॉरपोरेट कर ली जाए। सो इदां दा कदे नहीं होया, अकाली दल रौला पाउंदा रहा, फिर अकाली दल की सरकार आ गई तो फिर कांग्रेस ही यही रौला पाउण लग गई भी तुसीं सेम डे बिल दे रहे हो। BJP वाले सोम प्रकाश नूं तां मैं किन्ने वारी देखिया, वो बार बार कहिंदे रहिंदे सी भी एक बारी मैं जिहड़ा यूनिवर्सिटी का बिल आंदा है मैं इक्को गलती 3 वार सही करा चुकिया, पर हर वार वही गलती फिर आ जाती है। इहदा मतलब है कि साढ़े ना तो ब्यूरोक्रैट ध्यान देंदे ने ना पॉलिटिशियन ध्यान देंदे ने, उही चली जा रही है। सो जदों इन्हां दी सरकार आई की नाम है कांग्रेस की दोबारा 2017 च, फिर यही रौला आम आदमी पार्टी ने पाया, हुण आम आदमी पार्टी की सरकार है फिर हुण कांग्रेस रौला पा रही है या अकाली दल रौला पाउंदा कि तुसीं सेम डे बिल दिंदे हो। बार बार स्पीकर दे कहण दे बावजूद जिहड़े हैगे है सरकारां बिल एडवांस नहीं दिंदियां, ये मैनूं नहीं पता कि इहदे पिछे की मतलब कौन है इदां दा हैगा व्यक्ति जिहड़ा मतलब नहीं देना चाहुंदा, क्योंकि देखो जिहड़े डिमांड करते ने वो तो आप भी सत्ता च आ रहे ने, फिर इहदा मतलब जिहड़ा सत्ता च नहीं आ रहा वो सिर्फ और सिर्फ ब्यूरोक्रेट्स ने, जिहड़े सत्ता च नहीं आ रहे वो तो हमेशा ही सत्ता च ने, तो उही मैनूं लगता है कि चाहते है कि यार पहला ना दो उस दिन ही दे दो जो करना उस दिन हो जाए। तो इस करके तुसीं देखियो किन्ने बिलों के उत्ते इन्नी भखवीं बहस होंगी है, बहुत सारिया नवी चीज़ा इनकॉरपोरेट करने वास्ते विधान ओपोजिशन पार्टी दिंदी है, पर एक भी चीज़ जिहड़ी है वह विधान बिल दे विच वो नहीं पाई जाती। इस करके यही बिल जिहड़े पास होंगे है उन्होंने बार बार संशोधन लैके आने पैंदे है, बार बार संशोधन लैके आने पैंदे है, क्योंकि ये बिल मतलब जिन्होंने कहने ना भी सारे पासों इस पर बहस करवाई ही नहीं जाती, इस करके बहुत सारे आस्पेक्ट्स रह जाते हैं जिदे करके बिल बार बार संशोधित होंदा रहता। ਆ ਤੁਹਾਡੀ ਗੱਲ ਠੀਕ ਹੈ, ਅਮੈਂਡਮੈਂਟ ਲਈ ਬਾਰ ਬਾਰ ਆਉਂਦੇ ਨੇ ਕਿਉਂਕਿ ਗਲਤੀਆਂ ਦੀ ਬਹੁਤ ਗੁੰਜਾਇਸ਼ ਹੁੰਦੀ ਜਦੋਂ ਇਹਦੇ ਉੱਤੇ ਬਹੁਤ ਸਾਰਾ ਧਿਆਨ ਜਾਂ ਬਹਿਸ ਨਹੀਂ ਹੁੰਦੀ। ਪਰ ਸਵਾਲ ਇਸ ਗੱਲ ਦਾ ਵੀ ਹੈ ਕਿ ਸਾਡੇ MLA ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਉਹਨਾਂ ਦੀ ਦਿਲਚਸਪੀ ਕਿੰਨੀ ਆ ਆਪਣੇ ਇਸ ਬਿਜ਼ਨਸ, ਜਿਹੜਾ ਦਰਅਸਲ ਉਹਨਾਂ ਦਾ ਕੰਮ ਹੈ ਉਹਦੇ ਵਿੱਚ ਉਹਨਾਂ ਦੀ ਦਿਲਚਸਪੀ ਹੈ ਹੀ ਨਹੀਂ। ਮੈਂ ਦੇਖਿਆ ਔਰ ਵੱਖ ਵੱਖ ਜਿਹੜੇ ਅਦਾਰੇ ਵੀ ਨੇ, ਮੈਂ ਤਾਂ ਕਈ ਵਾਰੀ ਕਾਰਪੋਰੇਸ਼ਨਾਂ ਤੇ ਬਾਕੀ ਥਾਵਾਂ ਦੇ ਵੀ ਏਜੰਡੇ ਏਡੇ ਏਡੇ ਮੋਟੇ ਬਣੇ ਹੁੰਦੇ ਆ, ਉਹ ਕੋਈ ਮੱਦ ਹੀ ਨਹੀਂ ਪੜਦਾ, ਉਹ ਆਉਂਦਾ ਹੈ ਤੇ ਉਹ ਪਾਸੇ ਰੱਖ ਦਿੰਦੇ ਜੀ। ਉਹ ਗੱਡੀਆਂ ਦੇ ਪਿੱਛੇ ਮੈਂ ਦੇਖਿਆ MLAs ਦੇ ਗੱਡੀਆਂ ਦੇ ਪਿੱਛੇ ਕਾਗਜ਼ ਰੋਲਦੇ ਰਹਿੰਦੇ ਆ, ਇਹਨਾਂ ਲਈ ਕਾਲਾ ਅੱਖਰ ਜਿਹੜਾ ਨਾ ਡਰਾਉਣ ਵਰਗਾ। ਇਹ ਤਾਂ ਕਹਿੰਦੇ ਵੀ ਚਲੋ ਜੀ ਅੱਜ ਚਿੱਟੇ ਕੱਪੜੇ ਪਾ ਕੇ ਕਿਸੇ ਦੇ ਭੋਗ ਤੇ ਚੱਲੀਏ, ਕਿਸੇ ਦੇ ਸ਼ਗਨ ਦੇਣ ਚੱਲੀਏ, ਵਰਕਰਾਂ ਦੀ ਮੀਟਿੰਗ ਕਰ ਲਈਏ, ਕਿਸੇ ਦਫ਼ਤਰ ਦੇ ਵਿੱਚ ਜਾ ਕੇ ਚੇਅਰ ਕਰ ਲਈਏ ਕਿਸੇ ਮੀਟਿੰਗ ਨੂੰ, ਉੱਥੇ ਵੀ ਪਤਾ ਕੱਖ ਨਹੀਂ ਆਉਂਦਾ, ਹੂੰ ਹੂੰ ਸਿਰ ਹਿਲਾਈ ਜਾਣਗੇ। ਮਤਲਬ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਿਉਂ। ਪਰ ਮੈਂ ਅੱਜ ਫਿਰ ਕਹਿਣਾ ਹੈ ਕਿ ਕੁਝ ਪ੍ਰਤੀਸ਼ਤ ਚੁਣੇ ਹੋਏ ਨੁਮਾਇੰਦੇ ਇੰਨੇ ਸਿਆਣੇ ਇੰਨੇ ਜ਼ਹੀਨ ਨੇ ਕਿ ਉਹ ਬਹੁਤ ਮਿਹਨਤ ਕਰਕੇ ਆਉਂਦੇ, ਉਹਨਾਂ ਕਰਕੇ ਇਹ ਵਿਧਾਨ ਸਭਾਵਾਂ ਇਹ ਪਾਰਲੀਮੈਂਟ ਚੱਲੀ ਜਾ ਰਹੀਆਂ ਨੇ, ਜਿਹੜੇ ਮਿਹਨਤ ਕਰਦੇ ਆ ਔਰ ਜਿਨ੍ਹਾਂ ਨੇ ਆਪਣੇ ਸਟਾਫ ਰੱਖੇ ਬਕਾਇਦਗੀ ਨਾਲ, ਔਰ ਉਹ ਜਿਹੜਾ ਪੈਸੇ ਮਿਲਦੇ ਲੋਕਾਂ ਦੀ ਤਨਖਾਹ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੂੰ ਚੁਣੇ ਹੋਣ ਕਰਕੇ ਉਹ ਉਹਦੀ ਸਹੀ ਵਰਤੋਂ ਵੀ ਕਰ ਰਿਹਾ। ਭਾਸਕਰ ਸਾਹਿਬ ਅੱਗੇ ਚੱਲਦੇ, ਮੈਨੂੰ ਲੱਗਦਾ ਹੁਣ ਆਪਾਂ ਇਸ ਮੁੱਦੇ ਨੂੰ ਛੱਡ ਦਈਏ, ਨਹੀਂ ਤਾਂ ਸਾਡੇ ਕੋਲ ਬਾਕੀ ਲਏ ਨਹੀਂ ਜਾਣੇ। ਖੈਰ ਮੈਂ ਤੁਹਾਡੇ ਕੋਲ ਆਉਂਦਾ ਹੈ ਕਿ ਸੁਨੀਲ ਜਾਖੜ ਸਾਹਿਬ ਨੇ ਭਾਜਪਾ ਹੋਣ ਤੋਂ ਬਾਅਦ, ਪ੍ਰਧਾਨਗੀ ਲੈਣ ਤੋਂ ਬਾਅਦ ਜਿਹੜੀ ਜੰਬੋ ਟੀਮ ਬਣਾਈ ਆ, ਸੰਗਠਨ ਬਣਾਇਆ, ਇੱਕ ਤਾਂ ਇੱਥੇ ਝਾਤੀ ਪਵਾਓ ਮੋਟਾ ਮੋਟਾ ਜਿਹਾ, ਤੇ ਫਿਰ ਇੰਦਰਪ੍ਰੀਤ ਜੀ ਉੱਤੇ ਜਾਂਦੇ ਨੇ ਵੀ ਇਹਦੇ ਵਿਰੋਧ ਵਿੱਚ ਕੌਣ ਖੜਾ ਹੋ ਗਿਆ। ਦੇਖੋ ਜੁੰਮਾ ਜੁੰਮਾ ਜਾਖੜ ਸਾਹਿਬ 4 ਦਿਨ ਹੋਏ ਇੱਥੇ, ਬਾਜਵਾ ਨਹੀਂ ਸੀ ਟਿਕਣ ਦਿੰਦੇ,
ਉੱਥੇ ਕੋਈ ਨਵਾਂ ਜੰਮ ਪਿਆ ਤੇ ਉਹ ਜਿੱਥੇ ਤੱਕ ਭਾਜਪਾ ਦੀ ਇਸ ਲਿਸਟ ਨੂੰ ਤੁਸੀਂ ਸ਼ੁਰੂ ਤੋਂ ਪੜ੍ਹਨਾ ਸ਼ੁਰੂ ਕਰੋ ਤੇ ਤੁਹਾਨੂੰ ਲੱਗਦਾ ਹੈ ਕਿ ਪਹਿਲੇ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਬਣਾਏ ਨੇ ਉਹਦੇ ਵਿੱਚ ਵੀ ਪੂਰਾ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਬੈਲੈਂਸ ਬਣਾ ਨਹੀਂ ਪਾਏ ਉਹਦੇ ਵਿੱਚ ਵੀ ਉਹ ਕਾਂਗਰਸੀ ਜਿਨ੍ਹਾਂ ਨੂੰ ਭਾਜਪਾ ਜੁਆਇਨ ਕਰਨ ਤੋਂ ਬਾਅਦ ਇਹ ਲੱਗਦਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਖਬਰ ਵੀ ਪੜ੍ਹੀ ਹੋਏਗੀ ਜਦ ਇਹ ਗੱਲ ਰਾਜਾ ਵੜਿੰਗ ਉਹਨਾਂ ਨੇ ਕਹੀ ਸੀ ਕਿ ਕਾਂਗਰਸ ਨੂੰ ਛੱਡ ਕੇ ਗਏ ਹੋਏ ਭਾਜਪਾ ਹੀ ਕਦੀ ਵੀ ਵਾਪਸ ਆ ਸਕਦੇ ਹੈ ਤੇ ਉਹਨਾਂ ਵਿੱਚੋਂ ਕੁਛ ਦੀ ਜੁਆਇਨਿੰਗ ਛੇਤੀ ਕਰਾ ਸਕਦੀ ਹੈ ਸਾਰਿਆਂ ਨੂੰ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿੱਦਾਂ ਹੀ ਤੁਸੀਂ ਉਸ ਲਿਸਟ ਨੂੰ ਪੜ੍ਹਦੇ ਪੜ੍ਹਦੇ ਥੱਲੇ ਆਉਂਦੇ ਹੋ ਤੇ ਕੋਰ ਕਮੇਟੀ ਇੱਕ ਆਉਂਦੀ ਹੈ ਉਸ ਕੋਰ ਕਮੇਟੀ ਦੇ ਵਿੱਚ ਜਿੰਨੇ ਵੀ ਰਹਿ ਗਏ ਸੀ ਨਾ ਉਹਨਾਂ ਸਾਰਿਆਂ ਨੂੰ ਉਹਦੇ ਵਿੱਚ ਪਾ ਕੇ ਐਡਜਸਟ ਕਰ ਦਿੱਤਾ ਜਾਂਦਾ ਹੈ ਮਨਪ੍ਰੀਤ ਬਾਦਲ ਦਾ ਨਾਂ ਵੀ ਕੋਰ ਕਮੇਟੀ 'ਚ ਹੈ ਮਨੋਰੰਜਨ ਕਾਲੀਆ ਦਾ ਨਾਂ ਵੀ ਕੋਰ ਕਮੇਟੀ ਦੇ ਵਿੱਚ ਹੈ ਅਸ਼ਵਨੀ ਸ਼ਰਮਾ ਉਹਨਾਂ ਉਹ ਵੀ ਕੋਰ ਕਮੇਟੀ ਦੇ ਵਿੱਚ ਹੈ ਔਰ ਕੋਰ ਕਮੇਟੀ ਦਾ ਰੋਲ ਬੀਜੇਪੀ ਦੇ ਵਿੱਚ ਕਿੰਨਾ ਕੁ ਹੁੰਦਾ ਸਾਰੇ ਜਾਣਦੇ ਨੇ ਪਰ ਆਹ ਜਿਹੜੀ ਜੈਇੰਦਰ ਕੌਰ ਨੂੰ ਮਹਿਲਾ ਕਾਂਗਰਸ ਦਾ ਮੁਖੀ ਬਣਾਇਆ ਉਹ ਤੇ ਹੁਣ ਸਮਝ ਲਓ ਕਿ ਵੀ ਐਲੀਗੇਸ਼ਨ ਜਿਹੜੇ ਸੁਖਵਿੰਦਰ ਸਿੰਘ ਗਰੇਵਾਲ ਕਿਸਾਨ ਮੋਰਚਾ ਦੇ ਲੀਡਰ ਹੈਗੇ ਨੇ ਭਾਜਪਾ ਦੇ ਉਹਨਾਂ ਨੇ ਤੇ ਝੰਡਾ ਚੱਕਤਾ ਕਹਿੰਦਾ 75% ਕਾਂਗਰਸੀਕਰਨ ਹੋ ਗਿਆ ਇਹ ਆਪਣਾ ਭਾਜਪਾ ਪੰਜਾਬ ਦਾ ਤੇ ਅੱਜ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਵੀ ਬੁਲਾਈ ਹੈ ਔਰ ਖੁੱਲ੍ਹਾ ਸੱਦਾ ਦਿੱਤਾ ਉਹਨਾਂ ਟਕਸਾਲੀ ਭਾਜਪਾਈਆਂ ਨੂੰ ਕਿ ਆ ਜਾਓ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰੋ ਕੌਣ ਆਉਂਦਾ ਕਿੰਨੇ ਆਉਂਦੇ ਆ ਪਤਾ ਨਹੀਂ ਪਰ ਝੰਡਾ ਅਗਲਿਆਂ ਨੇ ਚੱਕਤਾ ਔਰ ਉਸ ਮੁੱਦੇ ਦੇ ਉੱਤੇ ਉਸ ਕਾਰਿਆਕਾਰਨੀ ਲਿਸਟ ਦੇ ਉੱਤੇ ਜਿਹਦੇ ਵਿੱਚ ਪਹਿਲੇ ਕਿਹਾ ਜਾ ਰਿਹਾ ਸੀ ਬਹੁਤ ਡਿਲੇ ਹੋ ਰਹੀ ਹੈ ਬਾਰ ਬਾਰ ਉਹਦੇ ਵਿੱਚ ਅਮੈਂਡਮੈਂਟ ਹੁੰਦੇ ਨੇ ਉਹ ਸਭ ਬਾਹਰ ਆਉਣ ਤੋਂ ਬਾਅਦ ਭਾਜਪਾ ਦੇ ਵਿੱਚ ਕਿਸ ਤਰੀਕੇ ਦਾ ਕੀ ਰਿਐਕਸ਼ਨ ਹੁੰਦਾ ਅੱਜ ਦੇਖਣ ਨੂੰ ਮਿਲੇਗਾ ਇੰਦਰਪ੍ਰੀਤ ਜੀ ਕੋਰ ਕਮੇਟੀ ਕਾਹਦੀ ਆ ਮਾਰਗਦਰਸ਼ਕ ਮੰਡਲ ਹੀ ਲੱਗਦਾ ਮੈਨੂੰ ਤਾਂ ਲੇਕਿਨ ਦੂਜੇ ਬੰਨੇ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਇਹਦੇ 'ਚ ਕੋਈ ਘੱਟ ਹੀ ਸਿਰ ਚੱਕਦਾ ਹੈ ਸੁਖਮਿੰਦਰ ਸਿੰਘ ਗਰੇਵਾਲ ਦਲੇਰ ਬੰਦੇ ਨਿਕਲੇ ਜਿਨ੍ਹਾਂ ਨੇ ਫਾਨਾ ਠੋਕਤਾ ਹੈ ਪਰ ਜਾਖੜ ਸਾਹਿਬ ਕਦੇ ਇਹ ਤਾਂ ਨਹੀਂ ਕਹਿਣਗੇ ਛੱਡੋ ਸਾਹਿਬ ਆਪਾਂ ਲੈਣਾ ਕੀ ਹੈ ਜੀ ਜੇ ਤੁਸੀਂ ਲੜੀ ਜਾਣਾ ਤਾਂ ਮੈਂ ਫਿਰ ਛੱਡਦਾ ਜੀ ਮੇਰਾ ਤਾਂ ਅੱਗੇ ਸਿਆਸਤ ਵਿੱਚ ਕੋਈ ਬਹੁਤਾ ਇਰਾਦਾ ਨਹੀਂ ਹੈਗਾ ਇੱਦਾਂ ਦੀ ਨੌਬਤ ਤਾਂ ਨਹੀਂ ਆ ਜੂ ਕਦੇ ਨਹੀਂ ਦੋ ਤਿੰਨ ਇਹਦੇ 'ਚ ਚੀਜ਼ਾਂ ਸੀਗੀਆਂ ਇੱਕ ਤਾਂ ਉਹ ਕਹਿ ਰਹੇ ਕਾਂਗਰਸੀਕਰਨ ਨਹੀਂ ਗੱਲ ਕੀਤਾ ਹੈਗਾ ਉਹਨਾਂ ਨੇ ਸ਼ਾਇਦ ਸੁਖਮਿੰਦਰ ਗਰੇਵਾਲ ਉਹਨਾਂ ਨੇ ਲਿਸਟ ਦੇਖੀ ਨਹੀਂ ਹੈ ਉਹ ਜਿਹੜਾ ਅਕਾਲੀਕਰਨ ਵੀ ਹੈਗਾ ਛੇ ਜੇ 8 ਬੰਦੇ ਉਹਨਾਂ ਦੇ ਹੈ ਕਾਂਗਰਸ ਦੇ ਤਾਂ 6 ਬੰਦੇ ਇਹਨਾਂ ਦੇ ਅਕਾਲੀ ਦਲ ਦੇ ਵੀ ਹੈਗੇ ਨੇ ਹੋਰ ਵੀ ਇੱਧਰ ਉੱਧਰੋਂ ਇੱਧਰ ਇੱਧਰ ਮੈਨੂੰ ਕਹਿੰਦਾ ਕਿ ਸਾਰਾ ਸਮਾਵੇਸ਼ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਬੰਦੇ ਐਡਜਸਟ ਹੋ ਜਾਣ ਪਰ ਪਹਿਲੀ ਵਾਰ ਹੈ ਦੇਖੋ ਮੈਂ ਇਹ ਜਿਹੜੀ ਦੇਖ ਰਿਹਾ ਸੀ ਲਿਸਟ ਜੀ ਇਹ 'ਚ ਪਹਿਲੀ ਵਾਰ ਹੈ ਕਿ ਪ੍ਰਦੇਸ਼ ਦੇ ਜਿਹੜੇ ਉਪ ਪ੍ਰਧਾਨ ਨੇ ਉਹਨਾਂ ਦੀ ਫੇਰਿਸਤੀ ਇੰਨੀ ਲੰਬੀ ਹੈ ਕਿ ਇੰਨੀ ਤਾਂ ਟੋਟਲ ਬੀਜੇਪੀ ਦੀ ਕਾਰਿਆਕਾਰਨੀ ਹੁੰਦੀ ਸੀ ਪਹਿਲਾਂ ਜੇ ਤੁਸੀਂ ਪਿਛਲੀਆਂ ਉਹਨਾਂ ਦੀਆਂ ਟੀਮਾਂ ਦੇਖੋ ਨਾ ਤਾਂ ਇੰਨੀ ਕੀ ਹੁੰਦੀ ਸੀ ਵੀ ਤਿੰਨ ਉਹਨਾਂ ਦੇ ਜਨਰਲ ਸੈਕਟਰੀ ਹੁੰਦੇ ਸੀ ਕਿ 4 ਕੁ ਉਹਨਾਂ ਦੇ ਉਪ ਪ੍ਰਧਾਨ 1-2 ਸੈਕਟਰੀ ਤੇ ਖਜ਼ਾਨਚੀ ਗੱਲ ਪੂਰੀ ਖਤਮ ਹੁਣ ਤਾਂ 8-9 ਤੋਂ ਉੱਤੇ ਤਾਂ ਇਕੱਲੇ ਪ੍ਰਦੇਸ਼ ਦੇ ਉਪ ਪ੍ਰਧਾਨ ਨੇ ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਜਨਰਲ ਸੈਕਟਰੀ ਵੀ ਚਲੋ 4 ਹੈਗੇ ਨੇ ਸੋ ਠੀਕ ਹੈ ਉਦੋਂ ਦਾਇਰਾ ਇਹ ਆਪਾਂ ਕਹਿ ਸਕਦੇ ਹਾਂ ਵੀ ਉਦੋਂ ਦਾਇਰਾ ਪਾਰਟੀ ਦਾ ਸਿਰਫ 23-24 ਸੀਟਾਂ ਤੱਕ ਹੀ ਸੀਮਤ ਸੀਗਾ ਜਾਂ ਲੋਕ ਸਭਾ ਦੀਆਂ 4 ਸੀਟਾਂ ਤੱਕ ਸੀਗੀਆਂ ਹੁਣ ਦਾਇਰਾ ਪੂਰਾ ਪੰਜਾਬ ਹੈ ਤੇ ਪੂਰੇ ਪੰਜਾਬ ਨੂੰ ਅਗਰ ਉਹਦੇ ਵਿੱਚ ਉਤਰਨਾ ਪਾਰਟੀ ਨੇ ਤਾਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਹੀ ਚੱਲਣਾ ਪਊਗਾ ਕੋਸ਼ਿਸ਼ ਤਾਂ ਕੀਤੀ ਹੋਈ ਹੈ ਹੁਣ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਦੇਖਣ ਵਾਲੀ ਹੈ ਪਰ ਮੈਂ ਇਸ ਗੱਲ 'ਤੇ ਹਜੇ ਵੀ ਸਟੈਂਡ ਕਰ ਰਿਹਾ ਹਾਂ ਕਿ ਪਾਰਟੀ ਦਾ ਜਿਹੜਾ ਕੋਰ ਗਰੁੱਪ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਤਾਂ ਪਾਰਟੀ ਨਾਲ ਹਮੇਸ਼ਾ ਹੀ ਖੜਾ ਰਹੂਗਾ ਚਾਹੇ ਪਾਰਟੀ ਦੇ ਲੀਡਰ ਉਹਨਾਂ ਨਾਲ ਜੋ ਮਰਜ਼ੀ ਵਿਵਹਾਰ ਕਰਨ ਉਹ ਪਾਰਟੀ ਨਾਲ ਹੀ ਰਹੂਗਾ ਇਹ ਹੋ ਸਕਦਾ ਕਿ ਨਿਰਾਸ਼ ਹੋ ਕੇ ਘਰ ਬੈਠ ਜੇ ਕਿਸੇ ਹੋਰ ਨੂੰ ਵੋਟਾਂ ਲੈ ਪਾਉਣ ਲਈ ਨਾ ਕਹੇ ਆਪ ਸਿਰਫ ਚੁੱਪਚਾਪ ਪਾ ਕੇ ਵਾਪਿਸ ਆ ਕੇ ਘਰ ਬੈਠ ਜੇ ਪਰ ਉਹਨਾਂ ਨੂੰ ਜਿਵੇਂ ਮੈਨੂੰ ਲੱਗਦਾ ਕਿ ਸਾਈਡ ਲਾਈਨ ਜਾਂ ਕੀਤਾ ਗਿਆ ਜਿਸ ਤਰ੍ਹਾਂ ਸੁਖਮਿੰਦਰ ਗਰੇਵਾਲ ਕਹਿ ਰਹੇ ਹੈ ਕਿ ਉਹਨਾਂ ਨੂੰ ਨਹੀਂ ਲਿਆ ਗਿਆ ਭਾਸਕਰ ਸਾਹਿਬ ਅੱਜ ਨਹੀਂ ਹੈ ਮੀਟਿੰਗ ਉਹ 24 ਤਰੀਕ ਨੂੰ ਬੁਲਾਈ ਹੈ 24 ਤਰੀਕ ਨੂੰ ਇਹ ਸਾਰੀ ਮੀਟਿੰਗ ਹੋਏਗੀ ਉਹਨਾਂ ਦੀ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਜਿਹੜੇ ਸਾਡੇ ਕੋਰ ਭਾਜਪਾਈ ਨੇ ਉਹ ਆਉਣ ਪਰ ਰੰਧਾਵਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਭਾਜਪਾ ਦੇ ਵਿੱਚ ਜਲਦੀ ਜਲਦੀ ਕੋਈ ਸਿਰ ਚੱਕਦਾ ਨਹੀਂ ਹੈ ਇਹ ਉਹ ਬੜੀ ਅਨੁਸ਼ਾਸਨ ਵਾਲੀ ਪਾਰਟੀ ਹੈ ਜੇ ਕੋਈ ਸਿਰ ਚੱਕਦਾ ਤਾਂ ਫਿਰ ਉਹ ਬਿਲਕੁਲ ਜੜਾਂ ਤੋਂ ਹੀ ਪੁੱਟ ਦਿੰਦੇ ਆ ਉਹਨੂੰ ਮੈਂ ਇਹ ਪਿਛਲੇ ਉਹਨਾਂ ਦੇ ਕਈ ਲੀਡਰਾਂ ਨੂੰ ਦੇਖਿਆ ਜਿਨ੍ਹਾਂ ਦਾ ਜਿਹੜੇ ਅੱਜ ਇਸ ਹਾਲਤ 'ਚ ਨੇ ਕਿ ਉਹਨਾਂ ਦਾ ਹੁਣ ਕਦੇ ਨਾਮ ਹੀ ਨਹੀਂ ਹੈ ਉਹਨਾਂ ਦਾ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਪ੍ਰਧਾਨ ਰਹਿਣ ਵਾਲੇ ਮਦਨ ਮੋਹਨ ਮਿੱਤਲ ਅੱਜ ਕੱਲ੍ਹ ਕਿੱਥੇ ਹੈ ਤੁਸੀਂ ਕਦੀ ਨਾਂ ਸੁਣਿਆ ਕਿ ਉਹਨਾਂ ਨੇ ਕਿਤੇ ਉਹ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਸੀਗੇ ਪਰ ਅੱਜ ਕਿੱਥੇ ਨੇ ਉਹ
ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਮੈਂ ਉਦਾਹਰਣਾਂ ਹੋਰ ਵੀ ਦੇ ਸਕਦਾ ਵੀ ਇਸ ਕਰਕੇ ਪਾਰਟੀ 'ਚ ਬਹੁਤ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਿਆਂ ਨੂੰ ਮਿਲਾਓ ਲੇਕਿਨ ਉੱਠਣ ਨਹੀਂ ਸਿਰ ਨਹੀਂ ਚੱਕਣ ਦੇਣਾ ਕਿਸੇ ਜੀ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਇਹ ਕੁਝ ਸੰਗੀ ਨੇ ਕੁਝ ਪੱਕੇ ਭਾਜਪਾਈ ਨੇ ਜਿਨ੍ਹਾਂ ਦੀ ਟ੍ਰੇਨਿੰਗ ਹੋਈ ਆ ਜਿਨ੍ਹਾਂ ਦਾ ਸ਼ਖਾਵਾਂ ਦੇ ਵਿੱਚ ਪੂਰੀ ਤਰ੍ਹਾਂ ਦਾ ਬ੍ਰੇਨ ਉਸ ਤਰ੍ਹਾਂ ਦਾ ਬਣਾਇਆ ਗਿਆ ਜਿਹੜੇ ਲੜਦੇ ਨੇ ਆਪਣੇ ਕਾਜ ਲਈ ਲੜਦੇ ਨੇ ਉਹਨਾਂ ਲਈ ਸਿਆਸਤ ਇੱਕ ਮਕਸਦ ਤਾਂ ਹੋ ਸਕਦਾ ਲੇਕਿਨ ਕਾਜ ਜਿਹੜਾ ਉਹਨਾਂ ਦਾ ਕੋਈ ਹੋਰ ਹੈ ਸੋ ਉਹ ਪਾਸੇ ਜਾਣ ਵਾਲੇ ਲੋਕਾਂ ਚੋਂ ਨਹੀਂ ਨੰਬਰ ਇੱਕ ਨੰਬਰ ਦੋ ਸੁਖਮਿੰਦਰ ਸਿੰਘ ਗਰੇਵਾਲ ਬਹੁਤ ਬਿਹਤਰ ਜਾਣਦੇ ਹੋਣਗੇ ਕਿ ਇਹ ਲਿਸਟ ਸੁਨੀਲ ਜਾਖੜ ਨੇ ਪ੍ਰਪੇਅਰ ਇਕੱਲਿਆਂ ਨਹੀਂ ਕੀਤੀ ਸੋ ਇਹ ਵੀ ਪਹਿਲੂ ਆ ਕਿ ਇਹ ਕੁਦਰਤੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਬਣਾਈ ਹੈ ਔਰ ਉਹ ਬਾਕੀ ਤਾਂ ਜਾਖੜ ਸਾਹਿਬ ਤਾਂ ਚਿਹਰਾ ਨੇ ਤੀਜੀ ਗੱਲ ਜਿਹੜੇ ਐਡਜਸਟ ਨਹੀਂ ਹੋਏ 117 ਹਲਕਿਆਂ ਦੇ ਵਿੱਚ ਇੰਚਾਰਜ ਲਾਏ ਜਾਣੇ ਆ ਜੇ ਮੰਨ ਲਓ 30-35 ਦੇ ਵਿੱਚ ਲੱਗੇ ਵੀ ਹੋਣਗੇ ਤਾਂ ਬਾਕੀ ਅਜੇ ਇੱਕ ਲੰਬੀ ਫਹਿਰਿਸਤ ਐਡਜਸਟਮੈਂਟਸ ਦੀ ਹੋ ਸਕਦੀ ਆ ਇਹ ਅਗਲੇ ਦਿਨਾਂ ਦੇ ਵਿੱਚ ਇਸ਼ਾਰੇ ਮਾਤਰ ਗੱਲ ਆਊਗੀ ਖੈਰ ਮੈਂ ਇਹਦੇ ਉੱਤੇ ਜਾਣਾ ਹੈ ਭਾਸਕਰ ਸਾਹਿਬ ਅਗਲੀ ਗੱਲ ਦੇ ਉੱਤੇ ਵੀ ਜਿਹੜਾ ਸ਼ੱਕਾ ਮਾਰਿਆ ਸੀਗਾ ਮਾਲਵਿੰਦਰ ਸਿੰਘ ਕੰਗ ਨੇ ਕਿ ਪੱਕੀ ਸੂਚਨਾ ਹੈ ਉਹ ਕਹਿੰਦੇ ਇਕੱਲੀ ਪੱਤਰਕਾਰਾਂ ਦੇ ਸਰੋਤ ਨਹੀਂ ਹੁੰਦੇ ਸਾਡੇ ਵੀ ਹੁੰਦੇ ਆ ਤੁਹਾਡੇ ਤੇ ਵੀ ਸਾਰੇ ਹੀ ਤੁਹਾਡੇ ਸਰੋਤ ਹੁੰਦੇ ਆ ਬੜਾ ਤਗੜਾ ਅਮਲਾ ਫੈਲਾ ਹੁੰਦਾ ਹੈ ਉਹ ਕਹਿੰਦੇ ਵੀ ਅਕਾਲੀਆਂ ਦਾ ਤੇ ਭਾਜਪਾ ਦਾ ਗੱਠਜੋੜ ਹੋ ਗਿਆ ਤੇ ਹਰਸਿਮਰਤ ਕੌਰ ਨੇ ਪਹਿਲ ਕੀਤੀ ਤੇ ਉਹਦੇ ਆਧਾਰ ਤੇ ਹੋ ਗਿਆ ਤੇ ਸ਼ਰਤ ਹੈ ਕਿ ਵਿਕਰਮ ਤੇ ਸੁਖਬੀਰ ਇਲੈਕਸ਼ਨ ਨਹੀਂ ਲੜਨਗੇ ਸੋ ਉਹਨਾਂ ਨੇ ਪੱਕੀ ਤੱਤੀ ਕਰਕੇ ਦੱਸਤੀ ਲੋਕਾਂ ਨੂੰ ਪਰ ਕਰ ਮਨਜਿੰਦਰ ਸਿਰਸਾ ਅੰਮ੍ਰਿਤਸਰ ਸੀ ਉਹ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਗਏ ਸੀਗੇ ਉਹਨਾਂ ਨੇ ਬੜੀ ਕਲੀਅਰ ਲਾਈਨ ਖਿੱਚੀ ਆ ਕਿਉਂਕਿ ਉਹ ਅਮਿਤ ਸ਼ਾਹ ਦੇ ਨੇੜੇ ਮੰਨੇ ਜਾਂਦੇ ਆ ਪੰਜਾਬ ਦੇ ਫੈਸਲਿਆਂ ਵਿੱਚ ਉਹਨਾਂ ਨੂੰ ਥੋੜਾ ਬਹੁਤਾ ਜਦ ਪੂਰਾ ਨਾ ਹੋਵੇ ਤਾਂ ਕਾਫੀ ਪਤਾ ਵੀ ਹੁੰਦਾ ਸੋ ਉਹਨਾਂ ਨੇ ਕਿਹਾ ਸਾਡਾ ਗੱਠਜੋੜ ਨਹੀਂ ਹੋ ਰਿਹਾ ਇਹ ਸਿਆਸੀ ਸਟੇਟਮੈਂਟ ਆ ਜਾਂ ਇਹ ਅੰਦਰ ਦੀ ਗੱਲ ਆ ਇੱਕ ਵਾਰੀ ਇਹਦੇ ਨਾਲ ਵੀ ਸਾਂਝ ਪਾ ਦਿਓ ਜਿੱਥੇ ਤੱਕ ਅਲਾਇੰਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਬਿਆਨਬਾਜ਼ੀ ਹੋ ਰਹੀ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਡਿਸਕਸ ਉਦਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਅਕਾਲੀ ਦਲ ਤੇ ਭਾਜਪਾ ਨੂੰ ਲੈ ਕੇ ਮਲਵਿੰਦਰ ਸਿੰਘ ਕੰਗ ਉਹਨਾਂ ਦੀ ਉਹ ਛੱਡੀ ਹੋਈ ਸੁਰਲੀ ਕਿ ਵੀ ਅਲਾਇੰਸ ਤੇ ਇਹਨਾਂ ਦਾ ਹੋ ਗਿਆ ਔਰ ਉਹਦੇ ਵਿੱਚ ਇਹ ਵੀ ਹੋਇਆ ਕਿ ਹਰਸਿਮਰਤ ਕੌਰ ਬਾਦਲ ਉਹਨਾਂ ਇਲੈਕਸ਼ਨ ਲੜਨਗੀ ਔਰ ਮਜੀਠੀਆ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਉਹ ਇਲੈਕਸ਼ਨ ਨਹੀਂ ਲੜਨਗੇ ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਉਹਨਾਂ ਦਾ ਕੈਟਾਗਰੀਕਲੀ ਇਹ ਗੱਲ ਕਹਿਣਾ ਕਿ ਨਹੀਂ ਸਾਡਾ ਕੋਈ ਵੀ ਕਿਸੇ ਵੀ ਤਰੀਕੇ ਦਾ ਗੱਠਜੋੜ ਨਹੀਂ ਹੋਏਗਾ ਮੈਨੂੰ ਇਹ ਲੱਗਦਾ ਕਿ ਇਹ ਲੋਕ ਸਭਾ ਚੋਣਾਂ ਤੋਂ ਪਹਿਲੇ ਇਹ ਵਾਰ ਉਹ ਸਟੇਟਮੈਂਟ ਕਹਿ ਲਓ ਜਾਂ ਇੱਦਾਂ ਦੀ ਸੁਰਲੀਆਂ ਕਹਿ ਲਓ ਇਹ ਵੱਖ ਵੱਖ ਪਾਰਟੀਆਂ ਦੇ ਲੀਡਰ ਛੱਡ ਰਹੇ ਨੇ ਔਰ ਕਿਸੇ ਸਿਰੇ ਤੇ ਪਹੁੰਚਦੀ ਨਹੀਂ ਜਦ ਤੱਕ ਕਿ ਕੋਈ ਪੱਕਾ ਫੈਸਲਾ ਕਿਸੇ ਵੀ ਪਾਰਟੀ ਜਾਂ ਪਾਰਟੀਆਂ ਵੱਲੋਂ ਨਹੀਂ ਹੁੰਦਾ ਤਦ ਤੱਕ ਇਹ ਮਾਹੌਲ ਇਹਨਾਂ ਅਲਾਇੰਸ ਦੇ ਵਾਸਤੇ ਲਗਾਤਾਰ ਜਾਰੀ ਰਹੇਗਾ ਪੰਜਾਬ ਦੇ ਵਿੱਚ ਵੀ ਔਰ ਨੈਸ਼ਨਲ ਲੈਵਲ ਤੇ ਵੀ ਇਹੀ ਹਾਲ ਹੈ ਮਤਲਬ ਇਹ ਕੌਡੀ 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 ਹੁੰਦੀ ਰਹੇਗੀ ਇਹ ਕੁਸ਼ਤੀ ਦੰਗਲ ਪਹਿਲਵਾਨ ਚਾਰ ਚੁਫੇਰੇ ਘੁੰਮਦੇ ਰਹਿਣਗੇ ਅੰਦਰ ਕਿਸੇ ਨੇ ਨਹੀਂ ਜਾਣਾ ਸੋ ਦਰਸ਼ਕ ਨਹੀਂ ਜਲਾ ਕੇ ਤੱਕਦੇ ਰਹਿਣ ਕਿ ਕੁਸ਼ਤੀ ਕਦੋਂ ਸ਼ੁਰੂ ਹੋਏਗੀ ਕਾਉਂਟਡਾਊਨ ਸ਼ੁਰੂ ਆ ਲੇਕਿਨ ਫੈਸਲਾ 5 ਦਿਨਾਂ 'ਚ ਵੀ ਹੋ ਸਕਦਾ ਕਿ ਪਾਰਲੀਮਾਨੀ ਇਲੈਕਸ਼ਨ ਕਦੋਂ ਹੋ ਰਹੀ ਆ ਫੈਸਲੇ ਕਾਫੀ ਅਹਿਮ ਹੋਣ ਵਾਲੇ ਆ ਪਰ ਮੈਂ ਇੰਦਰਪ੍ਰੀਤ ਜੀ ਜਾਂ ਇੱਕ ਖਬਰ ਲੈਣੀ ਚਾਹੁੰਦਾ ਹੈ ਆਪਾਂ ਲੈਂਦੇ ਏਜੀ ਦੀ ਖਬਰ ਐਡਵੋਕੇਟ ਜਨਰਲ ਵਿਨੋਦ ਘਈ ਨੂੰ ਹਟਾਏ ਜਾਣ ਦੀ ਪਰ ਉਸ ਤੋਂ ਪਹਿਲਾਂ ਮੈਂ ਖਬਰ ਲੈਣੀ ਚਾਹੁੰਦਾ ਸਾਬਕਾ ਚੀਫ ਸੈਕਟਰੀ VK ਜੰਜੂਆ ਵਿਜੇ ਕੁਮਾਰ ਜੰਜੂਆ ਇੱਕ ਕਨਸੋ ਆ ਰਹੀ ਸੀਗੀ ਉਹਨਾਂ ਦੇ ਨੇੜਲੇ ਸਰੋਤ ਦੱਸ ਰਹੇ ਸੀਗੇ ਕਿ ਜੰਜੂਆ ਸਾਹਿਬ ਬੜੇ ਹੱਕੇ ਬੱਕੇ ਰਹਿ ਗਏ ਕਿ ਹੋਇਆ ਕੀ ਬੜੀ ਕਾਹਲੀ ਦੇ ਵਿੱਚ ਝੱਟ ਝੱਟ ਤਰੀਕਾਂ ਝੱਟ ਪੱਟ ਸਾਰਾ ਕੁਛ ਤੇ ਨਾਲ ਹੀ ਸਖ਼ਤ ਹਦਾਇਤ ਹੋ ਗਈ ਕਿ ਇਹਨਾਂ ਦੇ ਖਿਲਾਫ ਜਿੰਨੇ ਵੀ ਦਸਤਾਵੇਜ਼ ਭੇਜੋ ਕੇਂਦਰ ਨੂੰ ਤੇ ਕੇਂਦਰ ਤੋਂ ਲਓ ਮਨਜ਼ੂਰੀ ਤੇ ਕੇਸ ਚਲਾਓ ਇਹ ਵਾਪਰਿਆ ਕੀ ਅਜੇ 4 ਦਿਨ ਤਾਂ ਹੋਏ ਸੀ ਕੁਰਸੀ ਛੱਡੀ ਨੂੰ ਤੇ ਇਹ ਹੋ ਕੀ ਗਿਆ ਔਰ ਇਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਸਮਝਣ ਦਾ ਯਤਨ ਕੀਤਾ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਕੁਝ ਐਪਲੀਕੇਸ਼ਨਸ ਵੀ ਲਾਈਆਂ ਸੀ ਔਰ ਉਹਨਾਂ ਨੇ ਬੈਂਚ ਬਦਲਣ ਲਈ ਵੀ ਲਾਈਆਂ ਸੀ ਔਰ ਉਹ ਚੀਫ ਜਸਟਿਸ ਕੋਲ ਵੀ ਗਏ ਹੋਏ ਸੀਗੇ ਸੋ ਕਿਉਂਕਿ ਅਸੀਂ ਕੋਰਟ ਦਾ ਸਨਮਾਨ ਕਰਦੇ ਹਾਂ ਅਸੀਂ ਫੈਸਲੇ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਤਾਂ ਨਹੀਂ ਜਾਵਾਂਗੇ ਪਰ ਜਿਹੜੀ ਪ੍ਰਕਿਰਿਆ ਦੇ ਦਰਮਿਆਨ ਦੇ ਵਿੱਚ ਚੀਜ਼ਾਂ ਹੋਈਆਂ ਉਹਨਾਂ ਦਾ ਜ਼ਿਕਰ ਆ ਰਿਹਾ ਜੇ ਆਪਾਂ ਮਰਿਆਦਾ 'ਚ ਰਹਿ ਕੇ ਸਾਂਝ ਪਵਾ ਸਕੀਏ ਤਾਂ ਜ਼ਰੂਰ ਤੁਸੀਂ ਥੋੜ੍ਹਾ ਜਿਹਾ ਅੱਗੇ ਵਧਿਓ ਰੰਧਾਵਾ ਸਾਹਿਬ ਇਹ ਸੀਗਾ ਕਿ ਜਦੋਂ ਇਸ ਕੇਸ ਦੀਆਂ ਜਿਵੇਂ ਕਹਿੰਦੇ ਤਾਰੀਖ ਪੈ ਰਹੀ ਸੀਗੀ ਉਦੋਂ ਉਸ ਤੋਂ ਇਹ ਲੱਗ ਰਿਹਾ ਸੀਗਾ ਉਹਨਾਂ ਨੂੰ ਖੁਦ ਅਹਿਸਾਸ ਹੀ ਹੋ ਗਿਆ ਸੀਗਾ ਕਿ ਇਹ ਮਤਲਬ ਜਿਹੜਾ ਬੈਂਚ ਹੈਗਾ ਇਹ ਮੈਨ ਬਾਇਸਡ ਹੈ ਮੇਰੇ ਪ੍ਰਤੀ ਤਾਂ ਉਹਨਾਂ ਨੇ ਚੀਫ ਜਸਟਿਸ ਸਾਹਿਬ ਨੂੰ ਇਹ ਲਿਖਿਆ ਸੀਗਾ ਕਿ ਉਹ ਅਗਰ ਇੱਕ ਇਨਸਾਫ ਦੀ ਤਕਾਜ਼ਾ ਰੱਖਦੇ ਆ ਤਾਂ ਉਹਦਾ ਬੈਂਚ ਬਦਲਿਆ ਜਾਏ ਸੋ ਹਜੇ ਤਾਂ ਇਸ 'ਤੇ ਕੋਈ ਫੈਸਲਾ ਹੋਇਆ ਹੀ ਨਹੀਂ ਸੀ ਚੀਫ ਜਸਟਿਸ ਸਾਹਿਬ ਨੇ ਅਜੇ ਉਹਨਾਂ ਨੇ ਦੋ ਚਿੱਠੀਆਂ ਲਿਖੀਆਂ ਸੀ ਉਹਨਾਂ ਨੇ ਚੀਫ ਜਸਟਿਸ ਸਾਹਿਬ ਨੇ ਕੋਈ ਫੈਸਲਾ ਇਸ 'ਤੇ ਹਜੇ ਕੀ ਲੈਂਦੇ ਉਦੋਂ ਤੱਕ ਤਾਂ ਉਹਨਾਂ ਦੇ ਕੇਸ ਦਾ ਹੀ ਫੈਸਲਾ ਜਿਹੜਾ ਹੈ
ਉਹ ਜਸਟਿਸ ਸਾਹਿਬ ਨੇ ਸੁਣਾਤਾ ਤੇ ਠੀਕ ਹੈ ਤੁਹਾਡੀ ਗੱਲ ਵੀ ਉਹ ਬੜੇ ਹੱਕੇ ਬੱਕੇ ਤਾਂ ਹੁੰਦੇ ਹੀ ਆ ਬੰਦਾ ਕਿ ਇੰਨੀ ਜਲਦੀ ਕਿਵੇਂ ਆ ਗਿਆ ਕਿ ਇਹਦੇ ਇਹਦਾ ਕੋਈ ਹੋਰ ਵੀ ਕਾਰਨ ਹੈ ਇਹ ਹੁਣ ਪਤਾ ਲੱਗੂਗਾ ਅੱਗੇ ਕਿਉਂਕਿ ਹਜੇ ਤੱਕ ਚੀਫ ਜਸਟਿਸ ਸਾਹਿਬ ਨੇ ਵੀ ਕੋਈ ਨੇਤਾ ਹੁਣ ਦੇ ਸਵਾਲ ਇਹ ਹੈ ਕਿ ਕੀ ਇਸ ਫੈਸਲੇ ਦੇ ਖਿਲਾਫ ਜੰਜੂਆ ਸਾਹਿਬ ਅੱਗੇ ਅਪੀਲ ਕਰਦੇ ਆ ਕਿ ਨਹੀਂ ਕਰਦੇ ਜਾਂ ਇਸ ਨੂੰ ਮੰਨ ਲੈਂਦੇ ਆ ਤੇ ਮੰਨ ਕੇ ਜੋ ਵੀ ਮਤਲਬ ਇਹਦਾ ਚਿੱਠੀ ਪੱਤਰੀ ਹੈਗੀ ਹੈ ਉਹ ਅੱਗੇ ਕਰਨਗੇ ਇਹ ਹੁਣ ਥੋੜਾ ਜਿਹਾ ਦੇਖਣ ਵਾਲਾ ਪਰ ਇੰਦਰਪ੍ਰੀਤ ਜੀ ਤੁਸੀਂ ਉਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਸੀ ਜਿਹੜੀ ਕੁਝ ਦਿਨ ਪਹਿਲਾਂ ਸ਼ਾਇਦ 2 ਹਫ਼ਤੇ ਪਹਿਲਾਂ ਹੀ ਜੰਜੂਆ ਸਾਹਿਬ ਨੇ ਰਿਟਾਇਰਮੈਂਟ ਤੋਂ ਬਾਅਦ ਇਹ ਕੀਤੀ ਸੀਗੀ ਉਹ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਸੀ ਮੈਨੂੰ ਤਾਂ ਥੋੜਾ ਜਿਹਾ ਇੰਜ ਲੱਗ ਰਿਹਾ ਕਿ ਉਦੋਂ ਵੀ ਕੁਝ ਕਹਿਣਾ ਚਾਹ ਰਹੇ ਸੀ ਕਿ ਉਦੋਂ ਕੋਈ ਮੈਸੇਜ ਕਲੀਅਰ ਕਰ ਸਕੇ ਕਿ ਮਦਈ ਇਹਦੇ ਵਿੱਚ ਕਾਫੀ ਐਕਟਿਵ ਸੀਗੇ ਜਾਂ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਬਿਊਰੋਕਰੈਟਸ ਤੇ ਪੋਲੀਟਿਕ ਵੈਸੇ ਤਾਂ ਪੋਲੀਟੀਸ਼ੀਅਨਸ ਦੇ ਉੱਤੇ ਜ਼ੋਰ ਦਿੱਤਾ ਹੋਇਆ ਕਿ ਇਹਨਾਂ ਦੇ ਫੈਸਲੇ ਡੇ ਬਾਈ ਡੇ ਦੇ ਆਧਾਰ ਤੇ ਕਰੋ ਪਰ ਇਹ ਜੰਜੂਆ ਸਾਹਿਬ ਨੂੰ ਕਿਹੜੇ ਅੰਦੇਸ਼ੇ ਕਿਹੜੇ ਹੈਗੇ ਆ ਕਿ ਕੋਈ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਆ ਕਿਉਂਕਿ ਜੱਜ ਸਾਹਿਬ ਤਾਂ ਬੜੇ ਵਿਵੇਕ ਤੋਂ ਕੰਮ ਲੈਂਦੇ ਹੋ ਤੱਥਾਂ ਤੇ ਜਾਂਦੇ ਆ ਦੇਖੋ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਸੀਗੀ ਉਹ ਕੀਤੀ ਸੀ ਜਿਹੜੀ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਉਹ ਜਿਹੜਾ ਫੈਸਲਾ ਹੋਇਆ ਹੋਇਆ ਉਹਨਾਂ ਦੇ ਹੱਕ 'ਚ ਉਹ ਉਹਦੀ ਗੱਲ ਕਰ ਰਹੇ ਸੀਗੇ ਕਿ ਦੇਖੋ ਉਹ ਮੇਰੇ ਹੱਕ 'ਚ ਆਇਆ ਹੋਇਆ ਫੈਸਲਾ ਜਿਸ 'ਚ ਉਹ ਇਹ ਪ੍ਰੂਵ ਕਰ ਰਹੇ ਸੀਗੇ ਕਿ ਜਿਹੜੀ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਰਚੀ ਗਈ ਸੀ ਉਹਦੇ ਉਹਨਾਂ ਨੇ ਪੂਰੇ ਤੱਥ ਪੇਸ਼ ਕੀਤੇ ਹੈ ਕੋਰਟ ਦੇ ਅੱਗੇ ਉਹਨਾਂ ਨੇ ਉਹ ਮੋਬਾਈਲ ਦੀ ਲੋਕੇਸ਼ਨਾਂ ਪੇਸ਼ ਕੀਤੀਆਂ ਨੇ ਉਹ ਪੁਲਿਸ ਕਿ ਜਿਹੜੇ ਬੰਦੇ ਮੈਨੂੰ ਫਸਾ ਰਹੇ ਨੇ ਉਹ ਜਿਹੜੇ ਬੰਦੇ ਮੇਰੇ ਕੇਸ ਦੀ ਜਾਂਚ ਕਰ ਰਹੇ ਨੇ ਉਹ ਤੇ ਸਾਰੇ ਦੇ ਸਾਰੇ ਕਿਵੇਂ ਮਿਲੀ ਭਗਤ ਸੀ ਔਰ ਕਿਵੇਂ ਲੁਧਿਆਣੇ ਤੋਂ ਲੈ ਕੇ ਚੰਡੀਗੜ੍ਹ ਤੱਕ ਇਕੱਠੇ ਹੀ ਆਏ ਨੇ ਕਿ ਅਦਰਵਾਈਜ਼ ਪੁਲਿਸ ਨੂੰ ਕੀ ਪੁਲਿਸ ਅਫਸਰਾਂ ਨੂੰ ਕਿਵੇਂ ਪਤਾ ਕਿ ਇਹ ਬੰਦਾ ਜਿਹੜਾ ਇਹਨੂੰ ਫਸਾ ਰਿਹਾ ਸੋ ਉਹਨਾਂ ਨੂੰ ਇਹ ਥੋੜ੍ਹਾ ਜਿਹਾ ਅੰਦੇਸ਼ਾ ਸੀਗਾ ਕਿ ਮੈਨੂੰ ਜੋ ਫਸਾਉਣ ਦਾ ਯਤਨ ਕੀਤਾ ਗਿਆ ਉਹਦੇ ਪਿੱਛੇ ਕੋਈ ਹੋਰ ਤਾਕਤਾਂ ਨੇ ਜਿਹੜੀਆਂ ਕਿ ਪੋਲੀਟੀਕਲ ਹੋ ਸਕਦੀਆਂ ਨੇ ਜਿਹੜੀਆਂ ਮੈਨੂੰ ਇਸ ਕੇਸ 'ਚ ਉਲਝਾ ਰਹੀਆਂ ਨੇ ਉਹ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਤੋਂ ਇਹਨਾਂ ਤੱਥਾਂ ਤੋਂ ਜਿਹੜੀ ਕੋਰਟ ਹੈ ਉਹ ਪੂਰੀ ਤਰ੍ਹਾਂ ਸਹਿਮਤ ਸੀ ਇਸੇ ਕਰਕੇ ਜਿਹੜਾ ਫੈਸਲਾ ਮੇਰੇ ਹੱਕ 'ਚ ਆਇਆ ਹੋਇਆ ਸੋ ਉਹ ਉਹਨਾਂ ਦਾ ਸਿਰਫ ਉਸੇ 'ਤੇ ਸੀਗਾ ਪਰ ਕਿਉਂਕਿ ਇੱਕ ਕੇਸ ਹਾਈ ਕੋਰਟ 'ਚ ਵੀ ਅੱਗੇ ਚੱਲ ਰਿਹਾ ਤਾਂ ਹਾਈ ਕੋਰਟ ਨੇ ਆਪਣਾ ਅਲੱਗ ਫੈਸਲਾ ਲਿੱਤਾ ਕਿਉਂਕਿ ਇਹਦੇ ਵਿੱਚ ਅਜੇ ਤੱਕ ਉਹਨਾਂ ਦੀ ਪਰਮਿਸ਼ਨ ਹੀ ਨਹੀਂ ਆਈ ਗਵਰਨਮੈਂਟ ਆਫ ਇੰਡੀਆ ਦੀ ਸੋ ਉਹਨਾਂ ਨੇ ਕਿਹਾ ਵੀ ਪਰਮਿਸ਼ਨ ਲੈ ਕੇ ਕੇਸ ਪ੍ਰੋਪਰਲੀ ਚਲਾਓ ਜੀ ਮੈਂ ਭਾਸਕਰ ਸਾਹਿਬ ਵੱਲ ਜਾਣਾ ਹੈ ਲੇਕਿਨ ਮੈਨੂੰ ਸਿਰਫ ਤੇ ਸਿਰਫ ਇੱਕ ਹੋਰ ਏਜੀ ਪੰਜਾਬ ਦੇ ਐਡਵੋਕੇਟ ਜਨਰਲ ਦਾ ਉਹ ਤਾਂ ਬੜਾ ਵੱਡਾ ਹੈ ਔਰ ਕੱਲ ਐਤਵਾਰ ਦੇ ਬਾਵਜੂਦ ਇਹ ਸਰਗਰਮੀ ਇਹ ਸਰਗੋਸ਼ੀ ਲਗਾਤਾਰ ਹੁੰਦੀ ਰਹੀ ਕਿ ਨਵਾਂ ਕੌਣ ਏਜੀ ਸਾਹਿਬ ਨੂੰ ਸਿਧਾਂਤਕ ਤੌਰ ਤੇ ਹਟਾਏ ਜਾਣ ਦਾ ਫੈਸਲਾ ਹੋ ਚੁੱਕਿਆ ਔਰ ਇਸ ਗੱਲ ਦੀ ਕਾਫੀ ਕਮਜ਼ੋਰ ਰਹੀ ਕਿ ਇਹ ਕਦੇ ਵੀ ਵਿਧੀਵਤ ਆਰਡਰ ਹੋ ਸਕਦੇ ਆ ਪਰ ਮੁੱਖ ਮੰਤਰੀ ਕਿਉਂਕਿ ਛੱਤੀਸਗੜ੍ਹ ਸੀਗੇ ਪਰਸੋਂ ਕੱਲ ਉਹ ਪਰਸੋਂ ਰਾਤ ਨੂੰ ਦਿੱਲੀ ਚਲੇ ਗਏ ਕੱਲ ਉਹ ਬਾਹਰ ਸੀਗੇ ਪੰਜਾਬ ਤੋਂ ਵੱਡਾ ਸਵਾਲ ਉੱਠਦਾ ਰਿਹਾ ਕਿ ਮੁੱਖ ਮੰਤਰੀ ਹੋਣਗੇ ਤੇ ਫੈਸਲਾ ਕਰਨਗੇ ਪਰ ਸਿਆਸੀ ਪੰਡਿਤ ਕਹਿੰਦੇ ਕਿ ਮੁੱਖ ਮੰਤਰੀ ਜਦੋਂ ਨਹੀਂ ਹੁੰਦੇ ਫੈਸਲੇ ਉਦੋਂ ਹੋਣੇ ਹੁੰਦੇ ਆ ਕਿਉਂਕਿ ਜਦੋਂ ਉਹ ਪੰਜਾਬ 'ਚ ਨਹੀਂ ਹੋਣਗੇ ਫਿਰ ਉਹ ਆਪਣੇ ਸੁਪਰੀਮੋ ਨਾਲ ਹੋਣਗੇ ਸੋ ਇਹ ਵੱਡੇ ਫੈਸਲੇ ਉਹਨਾਂ ਦੀ ਪੂਰੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਕਰਦੀ ਹੈ ਮੰਤਰੀ ਕਿਹੜੇ ਲਾਉਣੇ ਕਿਹੜੇ ਹਟਾਉਣੇ ਕਿਹੜੇ ਚੇਅਰਮੈਨ ਲਾਉਣੇ ਕਿਹੜੇ ਅਫਸਰਾਂ ਨੂੰ ਨਿਯੁਕਤੀਆਂ ਦੇਣੀਆਂ ਕਿੱਥੇ ਅਪੁਆਇੰਟਮੈਂਟਸ ਕਰਨੀਆਂ ਬਦਲੀਆਂ ਕਰਨੀਆਂ ਇਹ ਸਾਰੀਆਂ ਰਲ ਮਿਲ ਕੇ ਕਰਦੇ ਜੇ ਅਗਲੇ ਕਿਹਾ ਜਾਂਦਾ ਸੋ ਇੱਕ ਸਿਧਾਂਤਕ ਫੈਸਲਾ ਤਾਂ ਹੋਣ ਵਾਲੀ ਦਿਸ਼ਾ 'ਚ ਵੱਧ ਗਿਆ ਹੋਊਗਾ ਕਿ ਕਿਹਨੂੰ ਨਵਾਂ ਏਜੀ ਲਾਇਆ ਜਾਵੇ ਮੈਨੂੰ ਲੱਗਦਾ ਚੰਡੀਗੜ੍ਹ 'ਚੋਂ ਤਾਂ ਹੁਣ ਬਹੁਤੇ ਵਕੀਲ ਵੀ ਮੁੱਕ ਗਏ ਹਾਈਕੋਰਟ ਦੇ ਤੇ ਉਹ ਵਕੀਲ ਜਿਹੜੇ ਗਿਣਤੀ 'ਚ 1 2 3 4 5 6 7 ਉਂਗਲਾਂ ਤੇ ਗਿਣ ਲੈਂਦੇ ਆ ਹੋ ਸਕਦਾ ਕੋਈ ਕਿਸੇ ਨਾਲ ਖੜਿਆ ਕੋਈ ਕਿਸੇ ਨਾਲ ਖੜਿਆ ਸਾਡੇ ਵਾਲਾ ਕਿਹੜਾ ਬਜਾਏ ਇਹਦੇ ਕਿ ਕੋਈ ਕਾਬਲ ਬੰਦਾ ਲਾ ਦਿਓ ਇਹ ਵੇਖਦੇ ਰਹਿੰਦੇ ਆ ਫਲਾਣੇ ਨਾਲ ਫਲਾਣੇ ਵੇਲੇ ਸੀ ਫਲਾਣਾ ਫਲਾਣੇ ਨਾਲ ਫਲਾਣੇ ਨੇ ਕੇਸ ਲੜਿਆ ਸੀ ਉਹ ਵਕੀਲ ਨੇ ਕੇਸ ਹੀ ਲੜਨਾ ਹੈ ਜਿੰਨਾ ਵਧੀਆ ਵਕੀਲ ਉਹਨੂੰ ਹੀ ਵੱਧ ਪੈਸੇ ਵਾਲੇ ਉਹਨੂੰ ਕਰਨਗੇ ਉਹਨੇ ਸਿਆਸੀ ਤਰ੍ਹਾਂ ਕਰਨਗੀਆਂ ਸੋ ਇਹ ਜੋੜ ਦਿੰਦੇ ਆ ਕਿ ਫਲਾਣੇ ਦਾ ਕੇਸ ਫਲਾਣਾ ਲੜ ਰਿਹਾ ਇਸ ਕਰਕੇ ਉਹਨਾਂ ਦਾ ਸੋ ਇੰਦਰਪ੍ਰੀਤ ਜੀ ਇੱਥੇ ਇੱਕ ਝਾਤੀ ਜੀ ਪਵਾਓ ਬਿਲਕੁਲ ਰੰਧਾਵਾ ਤੁਸੀਂ ਠੀਕ ਕਹਿ ਰਹੇ ਹੋ ਕਿ ਦੇਖੋ ਏਜੀ ਲੱਗਣ ਵਾਸਤੇ ਸੀਨੀਅਰ ਐਡਵੋਕੇਟਸ ਦੀ ਲੋੜ ਹੁੰਦੀ ਹੈ ਅਤੇ ਸੀਨੀਅਰ ਐਡਵੋਕੇਟਸ ਗਿਣੇ ਚੁਣੇ ਹੈਗੇ ਨੇ ਜਿਹੜੇ ਕਾਨੂੰਨ ਦੇ ਬਹੁਤ ਮਾਹਿਰ ਨੇ ਜਿਨ੍ਹਾਂ ਨੂੰ ਮਤਲਬ ਕੋਈ ਵੀ ਸਰਕਾਰ ਜਾਂ ਕੋਈ ਵੀ ਪਾਰਟੀ ਜਿਹੜੀ ਹੈ ਉਹ ਆਪਣਾ ਐਡਵੋਕੇਟ ਜਨਰਲ ਲਗਾਉਣਾ ਚਾਹੇਗੀ ਇੱਥੇ ਤਾਂ ਉਹਦੇ 'ਚ ਦਿੱਕਤ ਸਿਰਫ ਇਹੀ ਹੁੰਦੀ ਹੈ ਕਿ ਉਹ ਜਿਹੜੇ ਸੀਨੀਅਰ ਐਡਵੋਕੇਟਸ ਹੁੰਦੇ ਨੇ ਉਹ ਫਿਰ ਮਾਹਿਰ ਕਿਉਂਕਿ ਹੁੰਦੇ ਹੀ ਨੇ ਇਸ ਕਰਕੇ ਸਾਰੇ ਜਿੰਨੇ ਵੀ ਪੋਲੀਟੀਕਲ ਬੰਦੇ ਨੇ ਚਾਹੇ ਹੋਰ ਬੰਦੇ ਨੇ ਉਹ ਸਾਰੇ ਉਹਨਾਂ ਨੂੰ ਅੰਗੇਜ਼ ਤਾਂ ਕਰਦੇ ਹੀ ਆਪਣੇ ਆਪਣੇ ਕੇਸਾਂ ਵਾਸਤੇ ਅਤੇ ਨੈਚੁਰਲੀ ਹੈ ਕਿ ਕੋਈ ਨਾ ਕੋਈ ਕਿਸੇ ਨਾਲ ਜੁੜਿਆ ਹੀ ਹੋਏਗਾ ਤੇ ਜਦੋਂ ਤੁਸੀਂ ਉਹਨਾਂ ਨੂੰ ਐਡਵੋਕੇਟ ਜਨਰਲ ਲਗਾਉਂਦੇ ਹੋ ਤਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਪਹਿਲਾਂ ਫਲਾਣੇ ਨਾਲ ਜੁੜਿਆ ਹੋਇਆ ਜੀ
इस करके केस हार गया, ये ओदा वकील सीगा इस करके हार गए केस। सो ये इल्जाम आंदे ही ने, तो उन्हां तो किवें बचिया जाए, एक तो ये बड़ी प्रॉब्लम है। एक दूजी ये आ रही है कि सरकार के जिन्ने केस होंगे वो तो सिविल, एक तरह के सिविल कोर्ट्स सिविल केसिज ने, ते उस तरह के माहिर वकील ही मैं लगता कि ए जी लगाए जाने चाहिए ने। बहुत ही बारी ये हो रहा है कि असी क्रिमिनल लॉयर्स जिहड़े हैगे आ जिहड़े बहुत अपनी फील्ड के माहिर ने, जिवें विनोद कई साहब ही ने, एक अपने फील्ड के तो बहुत माहिर हो सकते हैं, लेकिन सरकार के जिहड़े केस ने वो बिल्कुल डिफरेंट तरह के ने। इस करके फिर दूजे वकील हायर करने पैंदे आ जिस च इन्ह की कोई राय नहीं होंगी, तो उत्थे केसां च दिक्कत आ रही ने। मैनू लगता कि शायद इस बारी जदों भी किसी का चयन किया जाऊगा, जो चोण की जा रही है, तो इस चीज़ को भी माइंडसैट च रखा जाऊ। कल लंघे दिन, कल नहीं शायद एक दिन पहला शनिवार वाले दिन, विनोद कई साहब ने एडवोकेट केस मैनेजमेंट सिस्टम पंजाब, जिन्हों ए जी सी एम एस पंजाब कहा जाता, फेज वन से फेज टू, इनू लॉन्च किया। और मैं ये देख रहा उन्होंने सारे जिन्हें सहायक ने, उन्होंने अडिशनल एडवोकेट जनरल ज असिस्टेंट, सारे के सारे बैठे हुए थे, एक जंबो मीटिंग सी। तो मेरे एवं ही मत्था ठणकी जाता सी, मैं क्या बहाने नाल कितने विदायगी पार्टी वर्गा कुछ गैट टूगैदर वर्गा तो नहीं। खैर अज सरकार ने इन्होंने चीज़ों से जाना है, भास्कर साहब कुछ कहना चाह रहे जी? बिल्कुल, जिथे तक गल है ए जी लैके आए होंगे भी फलाने ने फलाना केस लड़िया, तुम यह देखो कि केंद्र के इदा का रौला क्यों नहीं है। अभिषेक मनु सिंह भी मनीष सिसोदिया उन्हों का केस लड़ रहे हैं, ऑर्डिनेंस के मुद्दे के उत्ते भी अभिषेक मनु, जिन्हें भी आम आदमी पार्टी के इंपोर्टेंट केस ने, उहदे विच कांग्रेस के लीडर ही केस लड़ रहे हैं। कपिल सिब्बल उन्हें भी भावें वह हुण समाजवादी पार्टी की सपोर्ट तो MLA MP राज्यसभा के बने ने, पर वो केस नैशनल कॉन्फ्रेंस तो लैके आर्टिकल 370 तो लैके वो तमाम अपोजिशन पार्टी के लीडर का केस लड़ते हैं, उत्थे यह रौला क्यों नहीं आता? मैं लगता है पंजाब के ए जी लाने तो पहले एक ऐलान, एक ढिंडोरा पिट दिता जाए कि जिन्हें कोई केस किसी पोलिटिकल पार्टी के नाल ना लड़िया होए या वो विरोध या वो पक्ष ना लड़िया होए, वो अगे आए तो पंजाब की ए जी की कुर्सी पर बैठे, क्योंकि इतने कंट्रोवर्सी इस गल से भी हो जाती है कि फलाने ने फलाने का केस लड़िया सी, तो इस करके इनू ए जी ना लाओ। जबकि प्रोफेसनल तौर पर लड़े जाने वाले केस के इदा की गल नहीं आनी चाहिए, यह प्रोफेसनली सारे वकील समझते हैं, पर जब दूजा कोई ए जी लग जाता है तो वो खिलाफ उही यह गल् चला। हम नवजोत सिंह सिद्धू उन्होंने रिजाइन क्यों दिता सी देओल साहब के खिलाफ, कि देओल साहब न अगर ए जी बनाया जाता है, क्योंकि इन्होंने वो केस लड़े से जिन्हों केसा के क्लीन चिट बादलों या SIT दे सारी गल्ला, यानी मैं लगता है क्राइटेरिया चेंज करना चाहिए हूँ आम आदमी पार्टी को नवे ए जी लाने तो पहले, क्योंकि ए जी की कुर्सी पंजाब के एक म्यूजिकल चेयर के रूप बन गई है, भी एक उठता तो दूजा बह जाता है। हूँ तलाश जा रही है तो तलाश चंगी तरह कर, वधिया कोई ए जी लान जिहदे करके पंजाब दे केसां नूं अदालतां दे विच वी और पोलिटिकली वी काफ़ी उत्ते तक या वधिया तरीके नाल लड़िया जा सके। इस गल ते जे एक सीरीयस नोट ते गल अगे वधाउणी होवे, छड्डणी होवे इत्थे ही, तां ओह इह है कि ए जी दा चेहरा कोर्टां दे विच बड़ा अहम हुंदा है। जदों हाई कोर्टां दे विच माणयोग चीफ जस्टिस जां बड़े रिप्यूटेड जस्टिस जिहड़े सालां तों वड्डे हो जांदे आ, ऑरा इक हुंदा उहनां दा, उहनां दे सामणे सरकार का जिहड़ा नुमाइंदा ए जी दे रूप विच उहदा असर होना चाहीदा, उहदी गल सुणन नूं अहम होवे। और ये बहुत वड्डा सवाल है कि वड्डे वकील इसे करके कीते जांदे आ कि उहनां दी गल कट्टी घट जांदी, उहनां दी गल सुण ली जांदी है, उहनां नाल तलख नहीं हुंदी, अगे तलख ही घट हुंदी है। मैं जदों कपिल सिब्बल, पी चिदंबरम, मैनूं याद है इत्थे नशे वाले मामले च शायद पी चिदंबरम साहब केस लाने लई आए सी, विक्रम मजीठिया वाले मामले च इंद्रप्रीत जी जे मैं गलत नहीं तां, लॉजिक तर्क थोड़ा जा वेटेज मिल जाती है। सो मैं आखिर इंद्रप्रीत जी काली च तुहाडा अपना विषय है उहदे उत्ते काली दे विच चाहूंगा कि जदों 24 दा मैदान तैयार हो गया, लगभग फैसला कौन स्थिति खड़े हैं कि इलेक्शन जिहड़ी है कदे भी हो सकती है पार्लीमेंट की, उस तो पहला 6 फसलों के उत्ते MSP बधाए जाण दा जिक्र काफ़ी अहम आ किसानी लई, और ये अहम इस करके भी आ कि ये काफ़ी वड्डी मात्रा दे विच काफ़ी ज़्यादा फायदा हो जाऊगा,
ਜਾਂ ਐਵੇਂ ਅੱਖਾਂ ਭਜਾਈਆਂ ਜਾਣਗੀਆਂ ਕਿਉਂਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਉਹ ਸਾਲ ਵਾਲਾ ਵਾਧਾ ਨਹੀਂ ਹੁੰਦਾ। ਇਹਦੇ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਲਾਗਤ ਕੀਮਤ ਨਾਲ ਜੋੜਿਆ ਜਾਂਦਾ ਹੈ। ਸਵਾਮੀਨਾਥਨ ਅਜੇ ਤੱਕ ਉਹ ਰਿਪੋਰਟ ਵਿਚਾਰੀ ਚੀਕਾਂ ਮਾਰਦੀ ਪਈ, ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਕਿਸਾਨ ਨੂੰ ਉਹਦੀ ਮਿਹਨਤ ਦਾ ਮੁੱਲ ਦੇਣ ਲੱਗਿਆਂ। ਬਾਕੀ ਦੇਸ਼ ਦੇ ਵਿੱਚ ਜਿਹੜਾ ਮਹਿੰਗਾਈ ਦਾ ਇੱਕ ਸੂਚਕ ਅੰਕ ਹੁੰਦਾ ਉਹਨੂੰ ਤਾਂ ਨਹੀਂ ਫਿਰ ਵਿੱਚ ਘਸੋੜ ਲਿਆ ਜਾਊਗਾ। ਖੈਰ ਆਪਾਂ ਸਾਰੇ ਖਪਤਕਾਰ ਵੀ ਹਾਂ ਕਿਸਾਨ ਹੋਣ ਦੇ ਨਾਲ ਨਾਲ, ਕੀ ਕਹਿੰਦੇ ਹੋ? ਰੰਧਾਵਾ ਸਿੰਘ, ਮੈਂ ਦੋ ਹੀ ਸਿਰਫ ਗੱਲਾਂ ਕਰਨੀਆਂ ਨੇ। ਇੱਕ ਤਾਂ ਇਹ ਕਿ ਜਿਹੜਾ ਕਮਿਸ਼ਨ CACP ਜਿਹੜਾ ਕਮਿਸ਼ਨ ਹੈ ਇਹ ਜਿਹੜਾ ਤੈਅ ਕਰਦਾ, ਮਤਲਬ ਉਹਦੇ ਜੇ ਤੁਸੀਂ ਟਰਮਸ ਐਂਡ ਰੈਫਰੈਂਸ ਪੜ੍ਹੋ ਨਾ ਤੁਹਾਨੂੰ ਬਹੁਤ ਹੈਰਾਨੀ ਹੋਊਗੀ ਕਿ ਯਾਰ ਇਹ ਕਿਸਾਨਾਂ ਵਾਸਤੇ ਹੈ ਕਿ ਇੰਡਸਟਰੀਅਲਿਸਟਾਂ ਵਾਸਤੇ ਹੈ। ਬਹੁਤ ਹੀ ਹੈਰਾਨੀ ਉਹਦੇ ਟਰਮਸ ਐਂਡ ਕੰਡੀਸ਼ਨ 'ਚ ਕੀ ਲਿਖਿਆ ਕਿ ਜਦੋਂ ਤੁਸੀਂ ਕਿਸੇ ਫਸਲ ਦੀ ਕੀਮਤ ਤੈਅ ਕਰੋ ਤਾਂ ਇਹ ਦੇਖਣਾ ਤੁਹਾਡਾ ਕੰਮ ਹੈ ਕਿ ਇਹਦੇ ਨਾਲ ਸਰਕਾਰ ਦਾ ਐਕਸਪੋਰਟ ਅਤੇ ਇੰਪੋਰਟ ਦੇ ਬਿਜ਼ਨਸ 'ਤੇ ਕੋਈ ਅਸਰ ਨਾ ਆਏ। ਇਹ ਦੇਖਣਾ ਤੁਹਾਡਾ ਕੰਮ ਹੈ ਕਿ ਇਹਦੇ ਨਾਲ ਦੇਸ਼ 'ਚ ਮਹਿੰਗਾਈ ਨਾ ਹੋ ਜਾਵੇ। ਇਹ ਦੇਖਣਾ ਤੁਹਾਡਾ ਕੰਮ ਹੈ ਕਿ ਜਿਹੜੇ ਇੰਡਸਟਰੀ ਹੈ ਸਾਡੀ ਉਹ ਪ੍ਰਭਾਵਿਤ, ਉਹਦਾ ਜਿਹੜਾ ਮਤਲਬ ਇਨਪੁੱਟ ਕੋਸਟ ਹੈ ਉਹਦੀ ਪ੍ਰਭਾਵਿਤ ਨਾ ਹੋ ਜਾਵੇ। ਇਸ ਤਰ੍ਹਾਂ ਦੀਆਂ 6 ਮਦਨ ਇਹ ਰਾਜੇਵਾਲ ਸਾਹਿਬ ਨੇ ਇੱਕ ਵਾਰੀ RTI 'ਚ ਲਿੱਤੀਆਂ ਸੀਗੀਆਂ ਅਤੇ ਉਹਨਾਂ ਨੇ ਮੈਨੂੰ ਦਿੱਤੀਆਂ ਸੀ। ਉਹ ਕਹਿੰਦੇ ਤੂੰ ਦੇਖ ਵੀ ਆਹ ਚੀਜ਼ਾਂ ਨੇ ਅਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਹੈ ਵੀ ਇਹ ਕਿਸਾਨਾਂ ਵਾਸਤੇ ਕਮਿਸ਼ਨ ਬਣਾਇਆ ਹੋਇਆ ਕਿ ਇਹ ਇੰਡਸਟਰੀਅਲਿਸਟਾਂ ਵਾਸਤੇ ਬਣਾਇਆ ਹੋਇਆ। ਜਦੋਂ ਕਿਸਾਨ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਉਹਦੇ ਵਿੱਚ, ਤਾਂ ਫਿਰ ਕਿਸਾਨਾਂ ਵਾਸਤੇ ਕਿਉਂ ਕਹਿੰਦੇ ਵੀ ਇਹ ਖੇਤੀ ਲਾਗਤ ਕਮਿਸ਼ਨ ਹੈ? ਇਹ ਤਾਂ ਕਹਿਣ ਦੀ ਲੋੜ ਹੀ ਨਹੀਂ, ਤਾਂ ਕੋਈ ਇੰਡਸਟਰੀ ਦੇ ਇਨਪੁੱਟ ਕੋਸਟ ਲਈ ਕਮਿਸ਼ਨ ਬਣਾਇਆ ਹੋਇਆ। ਸੋ ਇੱਕ ਤਾਂ ਪਹਿਲੀ ਗੱਲ ਇਹ ਹੈ, ਜਦੋਂ ਕੀਮਤਾਂ ਤੈਅ ਕਰਦੇ ਇਸ ਕਰਕੇ ਹੀ ਸਾਰੇ ਕਹਿੰਦੇ ਆ ਵੀ ਜਿਹੜੀ ਇਹ ਕੀਮਤਾਂ ਤੈਅ ਕਰਦਾ ਉਹ ਕਿਸਾਨਾਂ ਦੇ ਪੱਖ 'ਚ ਨਹੀਂ ਹੁੰਦੀਆਂ, ਜੋ ਮਰਜ਼ੀ ਤੈਅ ਕਰਦੇ। ਦੂਸਰੀ ਗੱਲ ਹੈ ਕਿ ਜੋ ਕੀਮਤਾਂ ਤੈਅ ਕਰਤੀਆਂ ਉਹਨੂੰ ਖਰੀਦੇਗਾ ਕੌਣ? ਇਸ ਗੱਲ ਨੂੰ ਕੌਣ ਉਹ ਬਣਾਏਗਾ ਪੁਖਤਾ ਕਿ ਬਈ ਜੇ ਇਸ ਤੋਂ ਘੱਟ ਖਰੀਦੀ ਗਈ ਤਾਂ ਤੁਹਾਨੂੰ ਫਲਾਣੀ ਸਜ਼ਾ ਹੋਏਗੀ, ਜਾਂ ਇਸ ਤੋਂ ਘੱਟ ਖਰੀਦੀ ਗਈ ਤੁਹਾਡਾ ਲਾਇਸੈਂਸ ਕੈਂਸਲ ਹੋ ਜਾਏਗਾ? ਕਿ ਇਸ ਤਰ੍ਹਾਂ ਦਾ ਕੋਈ ਸਿਸਟਮ ਹੈ ਸਾਡੇ 'ਚ? ਬਿਲਕੁਲ ਨਹੀਂ ਹੈ। ਇਸ ਕਰਕੇ ਜਦੋਂ ਇਹ 6 ਜਦੋਂ ਦੀ ਗੱਲ ਕਰਦੇ ਹਾਂ ਵੀ ਇਹ 6 ਜਿਹੜੀਆਂ ਹੋਰ ਫਸਲਾਂ ਨੇ, ਵੀਟ ਔਰ ਪੈਡੀ ਤੋਂ ਇਲਾਵਾ ਜਿਹੜੀਆਂ ਹੋਰ ਫਸਲਾਂ ਨੇ, ਦਾਲਾਂ ਨੇ, ਉਹਦੇ ਵਿੱਚ ਕੀ ਨਾਮ ਹੈ, ਓਇਲ ਸੀਡਸ ਨੇ ਜਾਂ ਹੋਰ ਚੀਜ਼ਾਂ ਨੇ, ਉਹ ਜਦੋਂ ਤੈਅ ਕਰਨੀਆਂ ਨੇ ਤਾਂ ਉਹਦਾ ਜਿਹੜਾ ਇੱਕ ਕੀ ਬੋਲਦੇ ਹੁੰਦੇ ਆ, ਜਿੰਨਾ ਮਰਜ਼ੀ ਵਧਾ ਦਿਓ ਤੁਸੀਂ, ਮਤਲਬ ਦਿਖਾਉਣਾ ਹੋਵੇ ਕਿ ਜੀ ਦਾਲਾਂ ਦੀ ਕੀਮਤ ਐਤਕੀ MSP 'ਚ 800 ਰੁਪਏ ਦਾ ਵਾਧਾ ਕਰਤਾ ਗਿਆ। ਉਹ 800 ਰੁਪਏ ਦਾ ਵਾਧਾ ਤਾਂ ਠੀਕ ਕਰਤਾ, ਲੇਕਿਨ ਉਸ ਕੀਮਤ 'ਤੇ ਖਰੀਦਿਆ ਕਿਹਨੇ? ਬੜੇ ਮੈਂ ਇੱਕ ਤੁਹਾਨੂੰ ਬੜਾ ਇੰਸਟਾਂਸ ਸੁਣਾਉਣਾ ਕਿ ਇਹ ਜਿਹੜੇ ਆਪਣੇ ਖੜਗੇ ਸਾਹਿਬ ਨੇ ਜਦੋਂ ਲੋਕ ਸਭਾ ਦੇ ਉਹ ਸੀਗੇ ਲੀਡਰ, ਉਦੋਂ ਇਹਨਾਂ ਨੇ ਉੱਥੇ ਇੱਕ ਅੰਕੜਾ ਪੇਸ਼ ਕਰਕੇ ਲੋਕ ਸਭਾ 'ਚ ਦੱਸਿਆ। ਉਹ ਕਹਿੰਦਾ ਵੀ ਤੁਸੀਂ ਇੰਪੋਰਟ ਕੀਤੀ ਹੈ ਦਾਲ 105 ਰੁਪਏ ਕਿਲੋ ਦੇ ਹਿਸਾਬ ਨਾਲ, ਆਹ ਮੇਰੇ ਕੋਲ ਬਿੱਲ ਹੈ, ਇੰਪੋਰਟ ਬਿੱਲ ਹੈ ਤੁਹਾਡਾ, ਅਤੇ ਇਸ ਹਿਸਾਬ ਨਾਲ ਤੁਸੀਂ 1,00,000 ਕਰੋੜ ਰੁਪਏ ਦੀ ਤੁਸੀਂ ਆਹ ਜਿਹੜੀ ਹੈਗੀ ਹੈ ਉਹ ਲੈ ਕੇ ਆਏ ਹੋ ਦਾਲਾਂ ਬਾਹਰੋਂ, ਮਲੇਸ਼ੀਆ ਤੋਂ ਪਤਾ ਨਹੀਂ ਕਿਹੜੇ ਕੰਟਰੀ ਤੋਂ ਉਹਨਾਂ ਨੇ ਉਹ ਦਿੱਤਾ ਸੀਗਾ। ਦੂਜੇ ਪਾਸੇ ਕਹਿੰਦੇ ਤੁਸੀਂ 5700 ਰੁਪਏ ਕੀਮਤ, ਯਾਨੀ ਕਿ 57 ਰੁਪਏ ਕਿਲੋ ਦੇਸ਼ ਦੇ ਕਿਸਾਨਾਂ ਨੂੰ ਦੇ ਰਹੇ ਹੋ, ਉੱਥੇ 105 ਰੁਪਏ ਲੈ ਰਹੇ ਹੋ, ਇੱਥੇ 57 ਰੁਪਏ ਦੇ ਰਹੇ ਹੋ। ਫਿਰ ਜਿਹੜੀ 57 ਰੁਪਏ ਅਨਾਊਂਸ ਕੀਤੀ ਹੋਈ ਹੈ ਉਹ ਵਿਕ 35 ਰੁਪਏ ਦੇ ਰਹੀ ਹੈ, ਇਹਦਾ ਕੋਈ ਆਪਸ 'ਚ ਬੈਚ ਹੈਗਾ? ਤੇ ਇਹਦੇ ਉੱਤੇ ਕੋਈ ਜਵਾਬ ਨਹੀਂ ਸੀ ਕਿਸੇ ਵੀ ਮਿਨਿਸਟਰ ਕੋਲੇ, ਪਿਊਸ਼ ਗੋਇਲ ਕੋਲੇ, ਪ੍ਰਧਾਨ ਮੰਤਰੀ ਕੋਲੇ, ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਸੋ ਮੈਂ ਗੱਲ ਕਰਦਾ ਵੀ ਜਦੋਂ ਇਹ ਜਦੋਂ ਹੁਣ 2024 ਹੈ ਔਰ ਪਤਾ ਹੈ ਕਿ ਕਿਸਾਨੀ ਬਹੁਤ ਨਾਰਾਜ਼ ਹੈ ਇਸ ਸਰਕਾਰ ਸੈਂਟਰ ਗੌਰਮੈਂਟ ਤੋਂ, ਤਾਂ ਕੀ ਇਸ ਤਰ੍ਹਾਂ ਦਾ ਸ਼ਗੂਫਾ ਛੱਡ ਕੇ ਕਿ ਜੀ ਅਸੀਂ ਸਭ ਦੀਆਂ ਕੀਮਤਾਂ ਇੰਨੀਆਂ ਵਧਾਤੀਆਂ, ਉਹ ਕੋਈ ਕੰਮ ਕਰੇਗਾ ਜਾਂ ਨਹੀਂ ਕਰੇਗਾ? ਇਹ ਬਹੁਤ ਦੇਖਣਾ ਦਿਲਚਸਪ। ਬਿਲਕੁਲ, ਇਹ ਦੇਖਣ ਵਾਲੀ ਗੱਲ ਆ ਕਿ ਹੁਣ ਤੁਸੀਂ ਪ੍ਰੈਕਟੀਕਲੀ ਲੋਕ ਹਿਤੈਸ਼ੀ ਲੱਗਦੇ ਵੀ ਹੋ ਕਿ ਨਹੀਂ ਲੱਗਦੇ, ਜਾਂ ਤੁਹਾਡਾ ਏਜੰਡਾ ਸਿਰਫ ਤੇ ਸਿਰਫ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਲੋਕਾਂ ਨੂੰ ਕੁਚਲਾਉਣਾ ਹੈ। ਅੱਜ ਕੱਲ੍ਹ ਲੋਕ ਵੈਸੇ ਸਿਆਣੇ ਹੋ ਗਏ, ਪੰਜਾਬ ਦੇ ਤਾਂ ਬਹੁਤ ਹੀ ਸਿਆਣੇ ਹੋ ਗਏ ਆ, ਇਹ ਸਭ ਕੁਝ ਲਈ ਵੀ ਜਾਂਦੇ ਆ ਤੇ ਮਰਜ਼ੀ ਵੀ ਆਪਣੀ ਕਰ ਜਾਂਦੇ ਆ। ਰਵਾਇਤੀ ਪਾਰਟੀਆਂ ਨੂੰ ਨਹੀਂ ਤੇ ਪੁੱਛ ਕੇ ਵੇਖ ਲਓ, ਅਜੇ ਤੱਕ ਹੱਥ ਲਾ ਲਾ ਵਹਿੰਦੇ ਵੀ ਹੋਇਆ ਕਿ ਕਈਆਂ ਨੇ ਤੇ ਕਹਿੰਦੇ ਪੈਸੇ ਵੀ ਮੋਟੇ ਖਰਚ ਲਏ ਸੀ, ਬਾਅਦ ਦੇ ਵਿੱਚ ਘਰ ਦੇ ਜੀ ਲੜੀ ਜਾਂਦੇ ਸੀ ਆਪਸ ਵਿੱਚ, ਤੈਨੂੰ ਕਿੰਨੇ ਕਿਹਾ ਸੀ ਪਤਾ ਨਹੀਂ ਲੱਗਿਆ, ਸਾਰੀ ਉਮਰ ਤੂੰ ਲਾਤੀ ਸਾਡੇ ਪੈਸੇ ਵੀ ਨਿਆਣਿਆਂ ਦੇ ਰੋਡ ਤੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।